ਸਰਸਜ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਿਹਗੜ੍ਹ ਸਾਹਿਬ ਇਹ ਦੋਨੋਂ ਟੀਮਾਂ ਰੈਡੀ ਹੋ ਕੇ ਗਰਾਊਂਡ 'ਚ ਆ ਜਾਣ। ਹਾਂਜੀ ਫਾਈਨਲ ਮੈਚ ਜਿਹੜਾ ਵੇਟ 55 ਕਿਲੋ ਭਾਰ ਰਨ ਦਾ ਖੇਡਿਆ ਜਾਣਾ, ਸੋ ਮਿਹਰਬਾਨੀ ਕਰਕੇ ਟੀਮਾਂ ਜਲਦੀ ਆ ਜਾਣ ਜੀ। ਹਾਂਜੀ ਮਨੀ ਥੋਪੀਆਂ ਵਾਲਾ ਮਿਹਰਬਾਨੀ ਕਰਕੇ ਆਪਣੀ ਗੱਡੀ ਕੋਲ ਪੁੱਜੇ, ਮਨੀ ਸਾਡਾ ਵੀਰ ਥੋਪੀਆਂ ਪਿੰਡ ਵਾਲਾ ਆਪਣੀ ਗੱਡੀ ਕੋਲ ਪੁੱਜੇ ਸੀ, ਉਹਨਾਂ ਦੇ ਖਿਡਾਰੀ ਉਹਨਾਂ ਨੂੰ ਯਾਦ ਕਰਦੇ ਨੇ। ਹਾਂਜੀ ਕਰੀਸ਼ੇ ਦੀ ਟੀਮ ਨੇ ਜੇ ਖੇਡਣਾ ਤਾਂ ਗਰਾਊਂਡ ਦੇ ਵਿੱਚ ਆ ਜਾਣ, ਨਹੀਂ ਤਾਂ ਬਸ਼ੱਕ ਦੀ ਕੱਪੜੇ ਪਾ ਲੈਣ। ਹਾਂਜੀ 65 ਕਿਲੋ ਭਾਰ ਵਰਗ ਦਾ ਫਾਈਨਲ ਮੈਚ, ਦੋਵੇਂ ਟੀਮਾਂ ਜਲਦੀ ਆ ਜਾਓ ਜੀ। ਹਾਂਜੀ 70 ਕਿਲੋ ਭਾਰ ਵਰਗ ਦੇ ਹਾਂਜੀ 65 ਕਿਲੋ ਦੀਆਂ ਦੋਵੇਂ ਟੀਮਾਂ ਆ ਜਾਓ ਜੀ। 65 ਕਿਲੋ ਭਾਰ ਵਰਗ ਦੋਵੇਂ ਟੀਮਾਂ ਫਾਈਨਲ ਦੀਆਂ ਬਿਨਾਂ ਕਿਸੇ ਦੇਰੀ ਤੋਂ ਮੈਦਾਨ ਦੇ ਵਿੱਚ ਰਿਪੋਰਟ ਕਰਨ, ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਹਾਂਜੀ 65 ਕਿਲੋ ਦੀਆਂ ਦੋਵੇਂ ਟੀਮਾਂ ਕਿਤੇ ਨਜ਼ਰ ਨਹੀਂ ਆ ਰਹੀਆਂ, 65 ਕਿਲੋ ਦੀਆਂ ਦੋਵੇਂ ਟੀਮਾਂ ਨਜ਼ਰ ਨਹੀਂ ਆ ਰਹੀਆਂ ਸਾਡੇ ਪ੍ਰਬੰਧਕੀ ਕਮੇਟੀ ਵੱਲੋਂ। ਲਾਸਟ ਜਿਹੜਾ ਉਹ 2 ਮਿੰਟ ਦਾ ਸਮਾਂ ਜੇਕਰ ਟੀਮ ਨੇ ਖੇਡਣਾ ਤਾਂ ਮੈਦਾਨ ਦੇ ਵਿੱਚ ਪੁੱਜੇ, ਨਹੀਂ ਤਾਂ ਦੋਵੇਂ ਟੀਮਾਂ ਜਿਹੜੀਆਂ ਸਕ੍ਰੈਚ ਕੀਤੀਆਂ ਜਾਣਗੀਆਂ, ਉਸ ਤੋਂ ਬਾਅਦ ਜਿਹੜੇ ਕਲਬਾਂ ਦੇ ਮੈਚ ਜਿਹੜੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਹਾਂਜੀ 65 ਕਿਲੋ ਭਾਰ ਵਰਗ ਦੀਆਂ ਟੀਮਾਂ ਨਹੀਂ ਹਲੇ ਪੁੱਜੀਆਂ ਜੀ। ਬਿੰਦੂ ਭਾਜੀ ਲਓ ਤੁਸੀਂ ਇੱਕ ਵਾਰੀ ਆਪਣੀ ਜ਼ਬਾਨੀ ਟੀਮਾਂ ਨੂੰ ਆਵਾਜ਼ ਮਾਰਿਓ। ਹੈਲੋ ਸਰਾਲਾ ਬਸ ਜੀ ਕਰੀ ਹੋਵੇ ਦੋ ਟੀਮਾਂ ਜਿੱਦਾਂ ਫਾਈਨਲ ਮੈਚ ਖੇਲਣ ਦਾ ਗਰਾਊਂਡ 'ਚ ਆ ਜਾਓ, ਨਹੀਂ ਤਾਂ 70 ਕਿਲੋ ਦਾ ਫਾਈਨਲ ਮਢਾਲੀ ਵਰਸਜ ਸਰਾਲਾ, ਇਹ ਵੀ ਦੋਵਾਂ ਟੀਮਾਂ ਤਿਆਰ ਹੋ ਜਾਣ, ਮਢਾਲੀ ਵਰਸਜ ਸਰਾਲਾ।
ਹਾਂਜੀ ਬੈਂਡ ਦੀਆਂ ਦੋਵੇਂ ਟੀਮਾਂ ਜਲਦੀ ਆ ਜਾਓ ਜੀ। 65 ਕਿਲੋ ਭਾਰ ਵਰਗ ਦੀਆਂ ਦੋਵੇਂ ਟੀਮਾਂ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਪੁੱਜਣ, ਇਹ ਸਾਡੇ ਪ੍ਰਬੰਧਕਾਂ ਦੇ ਵੱਲੋਂ ਬੇਨਤੀ ਹੈ। ਖਾਸ ਤੌਰ ਤੇ 65 ਕਿਲੋ ਭਾਰ ਵਰਗ ਦੀਆਂ ਦੋਵੇਂ ਟੀਮਾਂ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਪੁੱਜਣ। ਇੱਕ ਪਾਸੇ ਟੀਮ ਜਿਹੜੀ ਖੇਡੇਗੀ ਫਰਾਲੇ ਦੀ ਔਰ ਦੂਸਰੇ ਪਾਸੇ ਕਰੀਸ਼ੇ ਦੀ ਟੀਮ। ਹਾਂਜੀ ਫਰਾਲੇ ਦੀ ਟੀਮ ਜਲਦੀ ਆਵੇ ਜੀ ਖੇਡ ਮੈਦਾਨ ਦੇ ਵਿੱਚ। ਫਰਾਲੇ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਆਵੇ। ਬਹੁਤ ਅੱਛੀ ਤੇ ਪਿਆਰੀ ਸਾਊਂਡ ਪਵਨ ਸਾਊਂਡ ਸਰਵਿਸ। ਹਾਂਜੀ ਸਾਡਾ ਵੀਰ ਸੱਤਾ ਔਰ ਦੇ ਨਾਲ ਸਾਡਾ ਵੀਰ ਲੱਖਾ ਪੁੱਜਿਆ ਸੀ, ਬਹੁਤ ਬਹੁਤ ਜੀਆਂ ਨੂੰ ਆਖਦੇ ਨਾ ਸਾਰੇ ਵੀਰਾਂ ਨੂੰ। ਔਰ ਸਾਡੇ ਕਮਲ ਜੀ ਨਰਵਾਲ ਵਾਲੇ ਪੁੱਜੇ ਹੋਏ, ਮੈਂ ਬਹੁਤ ਬਹੁਤ ਜੀਆਂ ਨੂੰ ਆਖਦਾ ਆਪਣੇ ਵੱਲੋਂ ਸਾਰੀ ਪ੍ਰਬੰਧਕੀ ਕਮੇਟੀ ਵੱਲੋਂ ਇੱਥੇ ਪੁੱਜਣ ਤੇ ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ। ਹਾਂਜੀ 65 ਕਿਲੋ ਭਾਰ ਵਰਗ ਦੀ ਟੀਮ ਕਰੀਹੇ ਦੀ ਪੁੱਜ ਗਈ ਆ ਤੇ ਦੂਸਰੇ ਪਾਸੇ ਜਿਹੜੀ ਟੀਮ ਹੈ ਫਰਾਲੇ ਦੀ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਪੁੱਜੇ। ਫਰਾਲੇ ਦੀ ਟੀਮ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਪੁੱਜੇ। 65 ਕਿਲੋ ਭਾਰ ਵਰਗ ਯਾਦਗਾਰੀ ਸਨੈਪ ਹੋ ਰਹੇ ਨੇ, ਯਾਦਗਾਰੀ ਪਲ ਤੇ ਯਾਦਗਾਰੀ ਮੈਚ ਹੋਣਗੇ। ਫਰਾਲੇ ਦੀ ਟੀਮ ਵੀ ਪੁੱਜ ਗਈ ਆ, ਦੂਸਰੇ ਪਾਸੇ ਕਰੀਹੇ ਦੀ ਟੀਮ ਵੀ ਪੁੱਜ ਗਈ 65 ਕਿਲੋ ਭਾਰ ਵਰਗ ਦੇ ਵਿੱਚ। ਬੜਾ ਵਧੀਆ ਤੇ ਰੌਚਕ ਮੈਚ ਹੈ ਦੋਵਾਂ ਟੀਮਾਂ ਦੇ ਦਰਮਿਆਨ। ਹੈਲੋ ਹਾਂਜੀ 70 ਕਿਲੋ ਭਾਰ ਵਰਗ ਦਾ ਹੁਣ ਦੇਖਦੇ ਵੀ ਬਹੁਤ ਕਾਂਟੇ ਦੀ ਟੱਕਰ ਹੈ, ਕਿਉਂਕਿ ਵਾਸ਼ਿੰਗ ਮਸ਼ੀਨਾਂ ਦਾ ਸਵਾਲ ਹੈ ਇੱਥੇ, ਤਾਂ ਕਰਕੇ ਖਿਡਾਰੀ ਜਿਹੜੇ ਪੂਰੀ ਗਰਮੀ ਤੇ ਪੂਰੀ ਤਿਆਰੀ ਦੇ ਵਿੱਚ ਪੁੱਜੇ ਹੋਏ, ਦੂਰ ਦੂਰ ਤੋਂ ਕੋਨੇ ਕੋਨੇ ਤੋਂ ਖਿਡਾਰੀ ਜਿਹੜੇ ਸਾਡੇ ਕੋਚਾਂ ਨੇ ਬਾਰ ਪਿਆਰ ਭਰੇ ਸੱਦਿਆਂ ਦੇ ਨਾਲ ਇਸ ਮੈਦਾਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ। ਸਾਡੇ ਲਾਡੀ ਅਟਵਾਲ ਜੀ ਹੋਣਾ ਦਾ ਧੰਨਵਾਦ ਕਰੀਏ, ਜਿਹੜੇ ਕੈਨੇਡਾ ਦੇ ਵਸਨੀਕ ਨੇ ਉਹਨਾਂ ਦੇ ਵੱਲੋਂ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਸਪੌਂਸਰ ਕੀਤੀਆਂ ਗਈਆਂ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਬਦੌਲਤ ਇਹ 70 ਕਿਲੋ ਭਾਰ ਵਰਗ ਦੇ ਕਾਂਟੇ ਦੀ ਟੱਕਰ ਸਾਨੂੰ ਇਸ ਮੈਦਾਨ ਦੇ ਵਿੱਚ ਦੇਖਣ ਨੂੰ ਮਿਲੇਗੀ। ਅੱਜ ਸੈਮੀ ਫਾਈਨਲ ਮੈਚ ਬਹੁਤ ਵਧੀਆ ਤੇ ਸ਼ਾਨਦਾਰ ਮੈਚ ਹੈ, ਦੋ ਟੀਮਾਂ ਖੇਡਣਗੀਆਂ, ਇੱਕ ਪਾਸੇ ਟੀਮ ਕਰੀਹੇ ਦੀ ਹੋਵੇਗੀ, ਦੂਸਰੇ ਪਾਸੇ ਫਰਾਲੇ ਦੀ। ਸੈਮੀ ਫਾਈਨਲ ਮੈਚ ਦੋਵਾਂ ਟੀਮਾਂ ਦੇ ਦਰਮਿਆਨ ਦੂਸਰਾ, ਔਰ ਇਸ ਤੋਂ ਬਾਅਦ ਨਾਲ ਦੀ ਨਾਲ ਅਗਲਾ ਮੈਚ ਜਿਹੜਾ ਹੋਵੇਗਾ। ਹੈਲੋ ਵੇ 70 ਕਿਲੋ ਦੀ ਟੀਮ ਫਰਾਲੇ ਦੀ ਆਜਮੇ ਗਰਾਊਂਡ ਚ 70 ਕਿਲੋ। ਹਾਂਜੀ 70 ਕਿਲੋ ਭਾਰ ਵਰਗ ਫਰਾਲੇ ਦੀ ਟੀਮ ਜਲਦੀ ਆਵੇ। ਸਾਡੇ ਪ੍ਰਭਜੋਤ ਸਿੰਘ ਜੀ ਇਜਾਜ਼ ਉਹਨਾਂ ਦੇ ਅੱਗੇ ਬੇਨਤੀ ਹੈ, 70 ਕਿਲੋ ਭਾਰ ਵਰਗ ਫਰਾਲੇ ਦੀ ਟੀਮ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਪੁੱਜੇ। ਇਹ ਦੂਸਰਾ ਸੈਮੀ ਫਾਈਨਲ ਤੇ ਬਹੁਤ ਤਕੜਾ ਸੈਮੀ ਫਾਈਨਲ ਖੇਡਿਆ ਜਾਵੇਗਾ। ਜੋ ਖਿਡਾਰੀਆਂ ਦੇ ਅੱਗੇ ਬੇਨਤੀ ਹੈ ਕਿ ਜਲਦੀ ਆਓ, ਸਾਡੀ ਪ੍ਰਬੰਧਕੀ ਕਮੇਟੀ ਦਾ ਸਹਿਯੋਗ ਦਿਓ, ਕਿਉਂਕਿ ਸਮਾਂ ਜਿਹੜਾ ਸਾਡੇ ਕੋਲ ਬਹੁਤ ਹੀ ਘੱਟ ਨੇ ਤੇ ਮੈਚ ਜਿਹੜੇ ਜ਼ਿਆਦਾ ਨੇ, ਇਸ ਕਰਕੇ ਸਾਡਾ ਸਹਿਯੋਗ ਦਿੱਤਾ ਜਾਵੇ। ਹਾਂਜੀ ਸਾਡਾ ਵੀਰ ਪ੍ਰੀਤ ਜਿੱਥੇ ਵੀ ਆਵਾਜ਼ ਸੁਣਦਾ ਵੀ ਉਹ ਵੀ ਜਲਦ ਤੋਂ ਜਲਦ ਟੇਬਲ ਦੇ ਲਾਗੇ ਪੁੱਜੇ, ਟੈਕਨੀਕਲ ਟੇਬਲ ਦੇ ਲਾਗੇ ਸਾਡਾ ਪ੍ਰੀਤ ਵੀਰ ਜਿੱਥੇ ਵੀ ਆਵਾਜ਼ ਸੁਣਦਾ। ਹੁਣ ਟੀਮਾਂ ਬਿਲਕੁਲ ਤਿਆਰ ਨੇ, ਸਾਡੇ ਅਫੀਸਰਾਂ ਦੇ ਅੱਗੇ ਬੇਨਤੀ ਹੈ ਕਿ ਆਪਾਂ ਸ਼ੁਰੂਆਤ ਕਰਾਂਗੇ ਇਸ ਮੈਚ ਦੀ। ਸੈਮੀ ਫਾਈਨਲ ਮੈਚ ਹੈ,
ਬਹੁਤ ਵਧੀਆ ਤੇ ਸ਼ਾਨਦਾਰ ਤੇ ਜਾਨਦਾਰ ਅੰਦਾਜ਼ ਦੇ ਨਾਲ ਹੁਣ ਮੈਚ ਖੇਡਿਆ ਜਾਵੇਗਾ। ਔਰ ਸਾਡੇ ਓਮਕਾਰ ਸਿੰਘ ਜੀ ਅਟਵਾਲ ਸਾਹਿਬ ਜਿਹੜੇ ਕੈਨੇਡਾ ਦੇ ਵਸਨੀਕ ਨੇ ਉਹਨਾਂ ਦੇ ਵੱਲੋਂ ਮੋਟਰਸਾਈਕਲ ਜਿਹੜੇ ਦਿੱਤੇ ਜਾਣੇ ਨੇ ਬੈਸਟੇਟਰ ਤੇ ਜਾਫੀ ਨੂੰ। ਅੱਜ ਕਮਲ ਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਗੱਡੀ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ। ਹਾਂਜੀ ਸਾਡੇ ਓਮਕਾਰ ਸਿੰਘ ਜੀ ਅਟਵਾਲ ਸਾਹਿਬ ਉਹਨਾਂ ਦੇ ਵੱਲੋਂ ਜਿਹੜੀ ਗੱਡੀ ਅੱਜ ਕਮਲ ਨੂੰ ਦਿੱਤੀ ਜਾਵੇਗੀ ਬਿਲਕੁਲ ਇਸ ਸਮੇਂ ਤਿਆਰ ਪ੍ਰਤਿਆਰ ਮੈਦਾਨ ਦੇ ਵਿੱਚ ਆਪਾਂ ਸਾਰੇ ਦੇਖ ਰਹੇ ਹਾਂ। ਵੱਡੇ ਮਾਨ ਸਨਮਾਨ ਜਿਹੜੇ ਹੁਣ ਖਿਡਾਰੀਆਂ ਦੇ ਕਦੀ ਗੱਡੀਆਂ ਦੇ ਨਾਲ ਕਦੀ ਮੋਟਰਸਾਈਕਲਾਂ ਦੇ ਨਾਲ ਕਦੀ ਵਾਸ਼ਿੰਗ ਮਸ਼ੀਨਾਂ ਦੇ ਨਾਲ ਵੱਡੇ ਮਾਣ ਬਖਸ਼ੇ ਜਾਂਦੇ ਨੇ ਇਹਨਾਂ ਖਿਡਾਰੀਆਂ ਨੂੰ ਮਾਂ ਖੇਡ ਕਬੱਡੀ ਦੇ ਜ਼ਰੀਏ। ਔਰ ਉੱਥੇ ਸਾਡੇ ਜਿੰਨੇ ਵੀ ਸਤਿਕਾਰਯੋਗ ਦਰਸ਼ਕ ਪੁੱਜੇ ਨੇ ਮੈਂ ਇਹਨਾਂ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਬੈਠੇ ਹੋਏ ਇਹਨਾਂ ਖਿਡਾਰੀਆਂ ਦੇ ਜੌਹਰ ਦੇਖਣ ਦੇ ਵਾਸਤੇ ਔਰ ਖਿਡਾਰੀਆਂ ਦੇ ਅੱਗੇ। ਬੜੀ ਮਾੜੀ ਗੱਲ ਹੈ ਕਿ ਆਪਾਂ ਦਰਸ਼ਕਾਂ ਤੇ ਪ੍ਰਬੰਧਕੀ ਕਮੇਟੀ ਦੇ ਜਿਹੜੇ ਫੈਸਲੇ ਨੇ ਉਹ ਨਜ਼ਰ ਅੰਦਾਜ਼ ਕਰਦੇ ਹਾਂ। ਹਾਂਜੀ ਫਰਾਲੇ ਦੀ ਟੀਮ ਜਲਦੀ ਆਵੇ ਜੀ ਖੇਡ ਮੈਦਾਨ ਦੇ ਵਿੱਚ। ਫਰਾਲੇ ਦੀ ਟੀਮ ਨੂੰ ਹੁਣ ਲਾਸਟ ਜਿਹੜਾ ਇੱਕ ਮਿੰਟ ਦਾ ਸਮਾਂ ਸਾਡੇ ਪ੍ਰਬੰਧਕਾਂ ਦੇ ਵੱਲੋਂ ਇਹ ਬੇਨਤੀ ਨੂੰ ਪ੍ਰਵਾਨ ਕਰੋ। ਫਰਾਲੇ ਦੀ ਟੀਮ ਦੇ ਖਿਡਾਰੀ ਸਾਡੇ ਪ੍ਰਭਜੋਤ ਸਿੰਘ ਜੀ ਜਹਾਜ਼ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਆਪਣੀ ਟੀਮ ਜਿਹੜੀ ਜਲਦੀ ਖੇਡ ਮੈਦਾਨ ਦੇ ਵਿੱਚ ਲੈ ਕੇ ਆਵੇ। ਸਾਡਾ ਵੀਰ ਬਿੰਦੂ ਵੀ ਟੈਕਨੀਕਲ ਕਮੇਟੀ ਦੇ ਲਾ ਕੇ ਪੁੱਜੇ, ਸਾਡੇ ਵੀਰਾਂ ਦੇ ਨਾਲ ਸੰਪਰਕ ਕਰੇ ਸਾਡਾ ਬਿੰਦੂ ਵੀਰ। ਵੱਡੀ ਜ਼ਿੰਮੇਵਾਰੀ ਅੱਜ ਸਾਡੇ ਸੱਤੇ ਉਹਨਾਂ ਦੇ ਉੱਪਰ। ਬਹੁਤ ਬਹੁਤ ਇਸਤਕਬਾਲ ਕਰਦੇ ਨਾ ਸਾਰੇ ਵੀਰਾਂ ਦਾ, ਬੜੇ ਪਿਆਰੇ ਤੇ ਸਤਿਕਾਰਯੋਗ ਵੀਰ ਨੇ। ਹਾਂਜੀ ਸਾਡਾ ਬਿੰਨੂ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਮਿਹਰਬਾਨੀ ਕਰਕੇ ਸਟੇਜ ਦੇ ਲਾਗੇ ਪੁੱਜੇ। ਸਾਡਾ ਬਿੰਨੂ ਵੀਰ ਜਿੱਥੇ ਵੀ ਆਵਾਜ਼ ਸੁਣਦਾ ਹੋਵੇ, ਸਾਡੇ ਗੁਰਪ੍ਰੀਤ ਸਿੰਘ ਜੀ ਗੋਪੀ ਪੰਚ ਹੋਣੀ, ਬਹੁਤ ਵੱਡਾ ਮਾਣ ਮਹਿਸੂਸ ਕਰਦੇ ਨੇ। ਵੱਡੇ ਮੈਚ ਨੇ ਹੁਣ, ਵੱਡੀ ਕਾਰਵਾਈ ਇਸ ਮੈਦਾਨ ਦੇ ਅੰਦਰ। ਹਾਂਜੀ ਇਸ ਸੈਮੀ ਤੋਂ ਬਾਅਦ 65 ਕਿਲੋ ਭਾਰ ਵਰਗ ਦਾ ਫਾਈਨਲ, ਉਹ ਵੀ ਟੀਮਾਂ ਬਿਲਕੁਲ ਤਿਆਰ ਹੋਣਗੀਆਂ ਜੀ। ਹਾਂਜੀ ਫਰਾਲੇ ਦੀ ਟੀਮ ਜਲਦੀ ਆਵੇ ਜੀ 70 ਕਿਲੋ ਭਾਰ ਵਰਗ ਦੀ। ਫਰਾਲੇ ਦੀ ਟੀਮ ਜਲਦ ਤੋਂ ਜਲਦ ਖੇਡ ਮੈਦਾਨ ਦੇ ਵਿੱਚ ਪੁੱਜੇ। ਬਹੁਤ ਤਕੜਾ ਤੇ ਸ਼ਾਨਦਾਰ ਮੈਚ ਹੈ ਦੋਵਾਂ ਟੀਮਾਂ ਦੇ ਦਰਮਿਆਨ। ਹਾਂਜੀ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਵੱਲੋਂ ਵੀਰ ਕਬੱਡੀ ਕੋਚ ਦਾ ਬਹੁਤ ਬਹੁਤ ਧੰਨਵਾਦ, ਜੋ ਸਾਡੀ ਪ੍ਰਬੰਧਕੀ ਕਮੇਟੀ ਦੇ ਰੂਲਸ ਤੇ ਰੈਗੂਲੇਸ਼ਨ ਦੇ ਮੁਤਾਬਕ ਸਾਡਾ ਸਹਿਯੋਗ ਦਿੱਤਾ। ਤੇ ਨਾਲ ਦੀ ਨਾਲ ਵੇਟ 65 ਕਿਲੋ ਭਾਰ ਵਰਗ ਦੀਆਂ ਟੀਮਾਂ ਦੇ ਖਿਡਾਰੀ ਜਿਹੜੇ ਫਾਈਨਲ ਮੈਚ ਹੈ ਜਲਦੀ ਆ ਜਾਣ ਬਿਨਾਂ ਕਿਸੇ ਦੇਰੀ ਤੋਂ, ਕਿਉਂਕਿ ਇੰਤਜ਼ਾਰ ਹੁਣ ਕਿਸੇ ਵੀ ਟੀਮ ਦਾ ਨਹੀਂ ਕਰਨਾ। ਸਾਡੇ ਪ੍ਰਬੰਧਕਾਂ ਦੇ ਵੱਲੋਂ ਇਹ ਵਾਰ ਵਾਰ ਬੇਨਤੀ ਹੈ ਤੇ ਇਸ ਬੇਨਤੀ ਨੂੰ ਪ੍ਰਵਾਨ ਕਰਾਂਗੇ ਸਾਡੇ ਸਾਰੇ ਸਹਿਯੋਗੀ।
बहुत वधिया ते शानदार हुण मैच दोवें टीमां दे दरमियान तैयार ने टीमां जी शुरू कर दिओ मैच जी हाँ जी मैच जिहड़ा शुरू कर दिओ जी हुण क्योंकि फैसला जिहड़ा हुण होवेगा मैदान दे विच कि विच मैदाने परखे जाणे ने अज जोर जवाना दे जोर दी जवानी दी हाँ जी 70 दा सेमी फाइनल मैच दे कार्रवाई करनगे साढ़े बहुत वधिया ते शानदार हुण देखदे वी मैच खेडिया जावेगा मैच कांटे दी टक्कर कांटे दी टक्कर जोर ते जवानी दी गल के पंजाबी होण दा गुरा सरताज रखिया लोड़ नहीं सानू बहुतियां नवाबियां दी डुब्बा रहिंदा सी दुआबा कदे शराब अंदर घट गिणती रह गई हुण शराबियां दी जिंदे लग्गे मोह ते प्यार वाले लोड़ नहीं रही हुण सानू चाबियां दी बाबे सत्था विच मैदाना विच जुड़े गबरू के टौर वखरी हुण फतो वाली आ पंजाबियां दी टौर वखरी पंजाबियां दी खेड वखरी हर पंजाबियों के देखण का अंदाज देखांगे भी बखरा सवेर तो जुड़े हुए साडे दर्शक वीर मैं इन्हां सारे दर्शकों का सत्कार करता हूं मैच बड़ा वधिया ते कांटे की टक्कर है साडे बिंदु जी विशेष तौर पर वड्डे माण महसूस करते हुए वाशिंग मशीनों की जिहड़ी लड़ाई है साडे लाडी टवाल जी हुणां दे वल्लों वड्डी जिम्मेवारी और उन्हां दी बदौलत जिहड़ियां टीमां ने दुनिया के कोने कोने तो चल के पुजे हुए खिडारी है इन्हों का एक एक कदम जिहड़ा साडे सिर मत्थे ते और बहुत वधिया मैच हुण देखांगे टास विनर कि टीम हो गई है बिल्कुल मेरे तो सजे हथ ए बाबा प्रेमदास कबड्डी क्लब करीहे की टीम है मेरे तो सजे हथ करीहे की टीम ते दूसरे पास फराले दे खिलाड़ी बहुत वधिया मैच ते पहली कबड्डी देखांगे कि टीम दे किहड़े खिलाड़ी दे से आवेगी कले कले खिलाड़ी का बायोडाटा दसण की जो है कोशिश की जाएगी आओ देखांगे ललिया पिंड वाला हां जी एक एक लाइनमैन आ जाओ जी एक एक लाइनमैन आ जाओ इधले पासे बड़ी मेहरबानी होगी साडे लाइनमैन आ देखे लो इधले पासे मैच की शुरुआत हो चुकी पहली कबड्डी पम्मा पाने लिए वध्या होया पम्मे की रेड ताड़ी मार दो क्योंकि मैच की शुरुआत होगी बहुत लंबे समय तो बाद खिलाड़ी खेडन लगा पामा बहुत वधिया अंदाज दे नाल वेट 70 किलो भार वर्ग का बेहतरीन खिलाड़ी एक पासे नंबर जोड़ता होया दूसरे पासे हुण ज्योति और हीरा वाला जिला हुशियारपुरे दा गबरू कबड्डी पाउण दे लई वधिया होया ते सामने चार जाफी एक नंबर ते सुखे दा पिंडर कला पिंड लक इंची बजी हुई मैदान दे विच उकड़दे होए पैर बल्ले बल्ले हो गई मैदान दे विच नहीं रीसा मारो ताड़ियां आ नंबर भी ताड़ियां वाला हो मार दो जोरदार ताड़ियां के ताड़ियां जद वजदियां ने पता लगदा लोकां दे मन लग्यां दा के दुनिया पूजे योध्यां नूं कोई नाम नहीं लैंदा भज्जियां दा के मुंडे असी भी किसे दे नालों घट नहीं नी जज मूहरे मुकरीन अगली कबड्डी सतवीर सिंह थाबल के पिंड खिडारी दा कबड्डी पाउण दे लई वध्या होया सामने मैं देखदा वी कंता इक कन्नी ते पासले पिंड वाला अंतरराष्ट्रीय पद्धर दा खिडारी जफा लाने की कोशिश करता होया हर जा पिछे उखड़ते हुए पैर मुंडा हवा हवाई ला चीन की कंध बनता होया नहीं रीसा हुण समा बीतता जा रहा की फैसले होणगे फड़िया होया गोटां दे लागे ते नंबर रेटर दे वास्ते बहुत वधिया शेरे ठवाल दे वल्लों सतवीर सिंह थाबड़के दा 100 रुपए दे नाल वड्डा मान सम्मान वीर कबड्डी कोच दे के बेनती है कि फड़ दा सेधले पासे आके लगले कबड्डी घोड़ा मंदरा वाल पिंड माझे दा मजैल कबड्डी पाउण दे लई वध्या होया है ते मूव समरे मैदान दे विच पुजदी कीती जावे नहीं रिसा सत्तू शेरपुर दोने वाला कोशिश करदा होया मैदान दे अंदर दफा लाउण दी
ਤੇ ਨੰਬਰ ਇਸ ਸਮੇਂ ਜਾਫੀ ਦੇ ਵਾਸਤੇ ਉਧਰ ਵੀ ਜਫਾ ਤੇ ਇਧਰ ਵੀ ਜਫਾ ਹੁਣ ਜਾਂਦਰ ਤਰੀਕੇ ਦੇ ਨਾਲ ਲੱਗ ਗਿਆ। ਅਗਲੀ ਕਬੱਡੀ ਸ਼ੇਰੂ ਬੱਦੋ ਵਾਲੀ ਆ। ਹਾਂਜੀ ਅਗਲੇ ਪਾਸੇ ਕਿ ਗੋਲੀ ਜਿੰਨੇ ਜਾਂ ਫੇਲ ਆਵੇਗਾ ਉਹਨੇ ਸੌ ਸੌ ਸਾਡੇ ਸ਼ੇਰਾ ਅਠਵਾਲ ਜੀ ਵੱਡੇ ਮਾਨ ਸਨਮਾਨ ਦੇਣਗੇ। ਲੱਭ ਬੱਦੋਵਾਲ ਪਿੰਡ ਦਾ ਸ਼ੇਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਹੋਇਆ ਕੀ ਜੇ ਕੁੜੀ ਹੈ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ, ਲੁਧਿਆਣੇ ਦੇ ਲਾਗੇ ਪਿੰਡਾਂ ਬੱਦੋਵਾਲ। ਲੈ ਅਗਲੇ ਪਾਸੇ ਗੋਲੀ ਦੇ ਜਫੇ ਦੇ ਉੱਪਰ 100 ਰੁਪਏ ਦੇ ਵੱਡੇ ਮਾਨ ਸਨਮਾਨ ਕਿ ਜੇਕਰ ਗੋਲੀ ਜਾਂ ਫਲਾ ਦੇਗਾ 100 ਰੁਪਈਆ ਸਾਡੇ ਸ਼ੇਰੇ ਅਠਵਾਲ ਜੀ ਉਹਨਾਂ ਦੇ ਵੱਲੋਂ। ਲੈ ਲੱਤ ਨੂੰ ਲਪੇਟਾ ਪੈਂਦਾ ਹੋਇਆ ਅੰਤਰਰਾਸ਼ਟਰੀ ਖਿਡਾਰੀ ਅਕਲਪੁਰੀਆ ਗੋਲੀ ਤੇ ਵੱਡੇ ਮਾਨ ਸਨਮਾਨ ਸਾਡੇ ਬਿੰਦੂ ਜੀ ਕਰਦੇ ਹੋਏ ਬਹੁਤ ਵੱਡੇ ਮਾਣ ਤੇ ਫਕਰ ਵਾਲੀ ਗੱਲ। ਲਾਡੀ ਅਠਵਾਲ ਜੀ ਉਹਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਦੇ ਵੱਲੋਂ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਹ ਸੈਮੀ ਫਾਈਨਲ ਮੈਚ ਹੈ ਔਰ ਕਾਂਟੇ ਦੀ ਟੱਕਰ। ਅਗਲੀ ਕਬੱਡੀ ਪਾਉਣ ਦੇ ਲਈ ਲਲੀਆਂ ਵਾਲਾ ਸਮੇਂ ਵਧਿਆ ਹੋਇਆ ਪੰਮਾ, ਕਦੀ ਪੰਮੇ ਦੀ ਗੱਲ ਕਦੀ ਤਾਰ ਦੀ ਗੱਲ, ਦੋ ਵੀਰ ਕਬੱਡੀ ਖੇਡਦੇ ਨੇ। ਸਾਹਮਣੇ ਮੈਂ ਦੇਖਦਾ ਵੀ ਸ਼ਕਤੀਮਾਨ ਵੀ ਤਿਆਰ ਹੈ ਹੁਣ ਲੱਕ ਨੂੰ ਲਪੇਟਾ ਪਾਉਂਦਾ ਹੋਇਆ ਸ਼ੇਰਾਂ ਵਰਗੀ ਝਪਟ ਸ਼ੇਰ ਨੂੰ ਸਵਾ ਸ਼ੇਰ ਲਾਹੁੰਦਿਆਂ ਦੇ ਲਾਗੇ ਉੱਖੜਦੇ ਪੈਰ। ਹੁਣ ਸਮਾਂ ਬੀਤਦਾ ਜਾ ਰਿਹਾ, ਮਾਰੋ ਤਾੜੀਆਂ ਮਾਰਦੋ ਤਾੜੀਆਂ ਜ਼ੋਰਦਾਰ, ਗੱਲ ਜ਼ੋਰ ਦੀ ਗੱਲ ਜਵਾਨੀ ਦੀ। ਲੱਲ ਲੱਕ ਨੂੰ ਲਪੇਟਾ ਪਿਆ ਹੋਇਆ ਤੇ ਨੰਬਰ ਇਸ ਸਮੇਂ ਸ਼ਕਤੀਮਾਨ ਆਪਣੀ ਟੀਮ ਦੇ ਵਾਸਤੇ ਸੰਘਵਾਲ ਪਿੰਡ ਦਾ ਜੋੜਦਾ ਹੋਇਆ। ਹਾਂਜੀ ਸ਼ੇਰੇ ਅਠਵਾਲ ਵੱਲੋਂ ਸ਼ਕਤੀਮਾਨ ਦੇ ਲਈ 100 ਰੁਪਏ ਦਾ ਬਹੁਤ ਵੱਡਾ ਮਾਨ ਸਨਮਾਨ। ਅਗਲੀ ਕਬੱਡੀ ਲਵਲੀ ਮੰਦਰਾਵਾਲ ਪਿੰਡ ਦਾ ਪਾਉਣ ਦੇ ਲਈ ਵਧਿਆ ਹੋਇਆ, ਦੋ ਵੀਰ ਖੇਡਦੇ ਨੇ ਇੱਕ ਘੋੜਾ ਇੱਕ ਲਵਲੀ। ਲਾ ਲਵਲੀ ਕਬੱਡੀ ਪਾਉਂਦਾ ਹੋਇਆ ਦੂਸਰੇ ਪਾਸੇ ਸੱਤੂ ਸ਼ੇਰਪੁਰ ਦੋਨੇ ਵਾਲਾ ਨਹੀਂ ਰਿਸਾ, ਇੱਧਰ ਵੀ ਜਫਾ ਲੱਗ ਗਿਆ ਹੁਣ ਮੈਦਾਨ ਦੇ ਵਿੱਚ। ਗੁੱਤਮ ਗੁੱਤਾ ਹੁੰਦੀ ਉਹ ਜਵਾਨੀ ਕਿ ਮਿੱਟੀ ਨਾ ਫਰੋਲ ਜੋਗੀ ਆ, ਨਹੀਂ ਉਹ ਲੱਭਣੇ ਲਾਲ ਗਵਾਚੇ ਕਿ ਮਿੱਟੀ ਨਾ ਫਰੋਲ ਜੋਗੀ ਆ। ਬਹੁਤ ਵਧੀਆ ਉੱਧਰ ਵੀ ਜਫਾ ਤੇ ਇੱਧਰ ਵੀ ਜਫਾ, ਇੱਕ ਇੱਕ ਨੰਬਰ ਕੀਮਤੀ ਬਣਿਆ ਹੋਇਆ ਦੋਵਾਂ ਟੀਮਾਂ ਦੇ ਲਈ। ਸਤਵੀਰ ਸਿੰਘ ਥਾਬਲ ਕੇ ਪਿੰਡ ਵਾਲਾ। ਹਾਂਜੀ ਸਤਵੀਰ ਸਿੰਘ ਥਾਬਲ ਕੇ ਬਣਦਾ ਸਮੇਂ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਫੇਰ ਤਿਆਰ ਪਰ ਤਿਆਰ, ਪੂਰੀ ਤਿਆਰੀ ਦੇ ਵਿੱਚ ਵਧਿਆ ਹੋਇਆ। ਸਾਹਮਣੇ ਚਾਰ ਜਾਂ ਫੀਰ ਆਉਂਦੇ ਪਿੰਡ ਵਾਲਾ, ਗਿੰਦੀ ਵੀ ਤਿਆਰ ਹੈ, ਨਾਲ ਦੇਖਾਂਗੇ ਢਡਵਾੜਾ ਪਿੰਡ ਵਾਲਾ ਜੱਗੂ ਵੀ ਕੰਤਾ ਪਾਸਲੇ ਬਣਦਾ, ਪਰ ਆਹ ਦੇਖਾਂਗੇ ਉਸਲੇ ਪਾਸੇ ਦੋ ਨੰਬਰ ਤੇ ਸਤਵੀਰ ਸਿੰਘ ਕਰ ਹਲਕਾ ਜਿਹਾ ਮੁਕਾਬਲਾ ਨੰਬਰ ਇਸ ਸਮੇਂ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ। ਚੱਲ ਵੀ ਜੋਤੀ ਸਿੰਘ ਪਾਕ ਵੱਡੀ ਨੌਜਵਾਨ ਇਧਰਲੇ ਪਾਸੇ ਸਾਡੇ ਲਮੜਦਾਰ ਮੋਹਤਾ ਸਿੰਘ ਜੀ ਵੱਡਾ ਮਾਣ ਮਹਿਸੂਸ ਕਰਦੇ ਨੇ, ਉਹਨਾਂ ਦੇ ਨਾਲ ਸਾਡੇ ਸਰਦਾਰ ਪ੍ਰਲੋਮਨ ਸਿੰਘ ਜੀ ਉਹ ਵੀ ਵੱਡਾ ਮਾਣ ਮਹਿਸੂਸ ਕਰਦੇ ਨੇ। ਸਾਰਿਆਂ ਦਾ ਜੀਆਂ ਨੂੰ ਆਖਦੇ ਨੇ ਇੱਥੇ ਪੁੱਜਣ ਤੇ, ਜਿੰਨੇ ਵੀ ਦੋਸਤ ਮਿੱਤਰ ਪੁੱਜੇ ਨੇ, ਜਿੰਨੇ ਵੀ ਸਾਡੇ ਦਰਸ਼ਕ ਵੀਰ ਪੁੱਜੇ ਨੇ, ਉੱਥੇ ਸਾਡੇ ਲਾਡੀ ਅਠਵਾਲ ਜੀ ਉਹਨਾਂ ਦੇ ਵੱਲੋਂ ਵੱਡੇ ਮਾਣ ਸਨਮਾਨ ਜਿਹੜੇ ਇਹਨਾਂ ਖਿਡਾਰੀਆਂ ਦੇ ਕੀਤੇ ਜਾਣਗੇ। ਫਾਈਨਲ ਮੈਚ ਦੇ ਵਿੱਚੋਂ ਬੈਸਟ ਜਾਫੀ ਤੇ ਰੇਡਰ ਕੱਢੇ ਜਾਣਗੇ, ਵਾਸ਼ਿੰਗ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਾਣਗੀਆਂ, ਇਹ ਵੱਡੇ ਮਾਣ ਵਾਲੀ ਗੱਲ ਹੈ। ਕਬੱਡੀ ਪਾਉਣ ਦੇ ਲਈ ਜੋਤੀ ਵਧਿਆ ਹੋਇਆ ਸਾਹਮਣੇ, ਇੱਕ ਪਾਸੇ ਮੱਤੂ ਸਿੱਧਵਾ ਦੋਨਾਂ ਵਾਲਾ ਤੇ ਦੂਸਰੇ ਪਾਸੇ ਭਿੰਡਰ ਕਲਾਂ ਵਾਲਾ ਸੁੱਖਾ ਵੀ ਤਿਆਰ, ਦੋ ਨੰਬਰ ਤੇ ਅਕਲਪੁਰੀਆ ਗੋਲੀ। ਆਹ ਦੇਖਾਂਗੇ ਅਗਲੇ ਪਾਸੇ ਹੁਣ ਦੋ ਨੰਬਰ ਤੇ ਸ਼ੇਰਪੁਰ ਦੋਨੇ ਵਾਲਾ ਸੱਤੂ ਕੋਸ਼ਿਸ਼ ਕਰਦਾ, ਲੇਕਿਨ ਨੰਬਰ ਔਰ ਹੀਰਾ ਵਾਲਾ ਜੋਤੀ ਜੋੜਦਾ ਹੋਇਆ ਆਪਣੀ ਟੀਮ ਦੇ ਖਾਤੇ। ਬੱਦੋ ਵਾਲੀਆ ਸ਼ੇਰੂ ਦੇਖਾਂਗੇ ਧਰਤੀ ਮਾਂ ਨੂੰ ਟੇਕ ਮੱਥਾ, ਵਧਿਆ ਹੋਇਆ ਸ਼ੇਰਾਂ ਵਰਗੀ ਚਪਟ। ਸਾਹਮਣੇ ਇੱਕ ਪਾਸੇ ਗਿੰਦੀ ਵੀ ਤਿਆਰ ਹੈ, ਪ੍ਰਭਜੋਤ ਸਿੰਘ ਜਹਾਜ਼ ਦੇ ਟੀਮ ਖੇਡਦੀ ਹੋਈ ਇੱਕ ਪਾਸੇ ਤੇ ਦੂਸਰੇ ਪਾਸੇ ਘਰੀਹੇ ਵਾਲੇ ਭੀਰ ਦੀ ਟੀਮ ਟੱਕਰ ਬਰੋਬਰ ਦੀ। ਲਾ ਲਾ ਕੇ ਮਾਰਦਾ ਹੋਇਆ ਕਿ ਪਰਾ ਹੱਟ ਜਾ ਕਪਾ ਦੀਏ ਪਤੀਏ ਤੇ ਗੱਭਰੂ ਦਾ ਰਾਹ ਛੱਡ ਦੇ, ਆਹ ਦੇਖਾਂਗੇ ਰਾਹ ਬਣਾਉਂਦਾ ਹੋਇਆ ਮੈਦਾਨ ਦੇ ਵਿੱਚ। ਅਗਲੀ ਕਬੱਡੀ ਮੰਦਰਾ ਵਾਲ ਵਾਲਾ ਘੋੜਾ ਪਾਉਣ ਦੇ ਲਈ ਵਧਿਆ ਹੋਇਆ ਮੈਦਾਨ ਦੇ ਵਿੱਚ, ਕਿ ਲੱਖ ਲੱਖ ਮੁੱਲ ਪੈਂਦਾ ਕੱਲੀ ਕੱਲੀ ਰੇਡ ਦਾ, ਕਿ ਜੀ ਜਿੰਦ ਨਾਲ ਯਾਰ ਜਿਹੜਾ ਹੈ ਕਬੱਡੀ ਖੇਡਦਾ। ਅਕਲਪੁਰੀਆ ਗੋਲੀ ਹੁਣ ਦੇਖਦੇ ਵੀ ਜਫਾ ਲੜਨ ਦੀ ਕੋਸ਼ਿਸ਼ ਕਰਦਾ ਹੋਇਆ ਲੰਮੀ ਭਾਜ ਮੁੰਡੇ ਦੀ, ਤੇ ਨੰਬਰ ਇਸ ਸਮੇਂ ਫਰਾਲੇ ਦੀ ਟੀਮ ਦੇ ਵਾਸਤੇ ਬੜੇ ਜਾਨਦਾਰ ਤਰੀਕੇ ਦੇ ਨਾਲ ਜੋੜਦਾ ਹੋਇਆ ਇੱਕ ਜ਼ੋਰ ਦੇ ਨਾਲ। ਸਾਡੇ ਲੰਬੜਦਾਰ ਮੋਹਤਾ ਸਿੰਘ ਜੀ ਵੱਡਾ ਮਾਣ ਮਹਿਸੂਸ ਕਰਦੇ ਨੇ, ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਇਸਲੇ ਪਾਸੇ। ਹਾਂਜੀ ਸਾਡੇ ਬਾਗੀ ਅਠਵਾਲ ਜੀ ਐਲਾਨ ਕਰਦੇ ਨੇ ਕਿ ਫਰਾਲੇ ਦੇ ਖਿਡਾਰੀ ਜਿਹੜਾ ਹੁਣ ਜਫਾ ਲਾਵੇਗਾ ਉਸਦੇ ਵਾਸਤੇ 100 ਰੁਪਏ ਦੇ ਵੱਡੇ ਮਾਨ ਸਨਮਾਨ ਹੋਣਗੇ। ਵੱਡੇ ਮਾਨ ਸਨਮਾਨ ਹਾਂਜੀ ਦਿਓ ਫੈਸਲਾ ਜੀ, ਨੰਬਰ ਫਰਾਲੇ ਦੀ ਟੀਮ ਦੇ ਵਾਸਤੇ
ते वड़े मान सरमान जाफी दे लई साडे बागी इटवाल जी उन्हां दे वल्लो ओके खेड प्रमोटर ने वड़े मान सरमान वड़े मान बख्शे दे ने इन्हां खिलाड़ियों नूं ते अगली कबड्डी मैं फिर देखदा वी ज्योति समय पर हीरा वाला हल्के हल्के कदमा दे नाल के तिखे ने जाना वाला शाट में शरीर दा दूसरे पासे पिंडर कला वाला हुण सुखा नहीं दिसा बल्ले बल्ले हुंदी होई कड्डी होई खोचे लो हुण समा बीतदा जा रिहा मैदान दे विच चप्पा चप्पा चरखा चलण वाली गल है। हां जी बागी ढवाल वल्लों 100 रुपया होवेगा मार दो ताड़ी मारो ताड़ी मुंडे दे वास्ते बागी ढवाल जी वल्लों 100 रुपए दा वड्डा मान सम्मान सुखे पिंडर दे वास्ते। हां जी हां जी साडा कांता जी सनवा तो कुलवंत सिंह जी कांता भी वड्डे मान सम्मान करदे होए इन्हां खिलाड़ियों दे वड्डे मान बख्शदे होए। हां जी खिलाड़ियों नूं बेनती आ कि जिहड़े पैसे ओह आपां बिंदु उहनां कोल सीधे हासिल करांगे। आके लो सतवीर सिंह थाबल के पिंड वाला कबड्डी पाउंदा होया अगे नूं वध के सामने कांता इक पासे नाल देखदे वी शक्तिमान आओ देखांगे इतले पासे कांते दे नाल मुकाबला चलदा होया फड़िया होया गुट मैदान दे विच के वैदा मेरी बांह छड़ दे तैनूं रोक दी रमज ना कोई के वैदा मेरी बांह छड़ दे तैनूं रोक दी रमज ना कोई वड्डे मान सम्मान। हां जी इतले पासे हुण फराले दे जिन्ने खिलाड़ी जफे लाउणगे बागी ते साडे कंटे उहनां दे वल्लों 100-100 रुपया लेकिन हर जफा 100 बल्कि 200 दा हो गया। लो उतले पासे घोड़ा बहुत वधिया नंबर जोड़दा होया है इक जोर दे नाल फराले दी टीम दे वास्ते इक इक नंबर दोवां टीमां दे वास्ते कीमती बणिया होया है ते अगली कबड्डी देखदे वी हुण मैदान दे विच पाउण दे लई पम्मा तैयार बर तैयार पूरे जाहो जलाल दे विच नौजवान दी रेड और सामने चार जफे विचों दो नंबर तो गिंदी रौंतियां वाला ला 200 रुपए का जफा आवेगा साडे कुलवंत सिंह जी कंता संधवा तो ते साडे बागी इटवाल जी वड्डे मान सम्मान करनगे। अगले पासे मस्ती दे विच किसे दी डाज वखरी ते किसे दी भाज वखरी किसे दा वखरा जिहा अंदाज के कोई रेडर तोर तुरे सप वाली कोई चाल हिरन दी तुरदा है। अगली कबड्डी लवली दी मंदरा वाल वाले दी दूसरे पासे हुण सुखा दो हत्थ करदा होया मैदान दे विच उकड़दे होए पैर ते मुंडा हत्थां चों तिलकदा जावे नहीं मछली दे पत वर्गा। हां जी बागी इटवाल वल्लों 100 रुपया लवली दे वास्ते मंदरा वाल वाले लवली दे वास्ते साडे बागी इटवाल जी वड्डे मान सम्मान जिहड़े करदे होए आओ देखांगे उहनूं किंदी कोशिश करदा होया बद्दो वालिया शेर इक पासे हल्की जी डाज दिंदा होया ते नंबर अपनी टीम दे खाते करीहे दी टीम दे खाते जुड़दा होया दोवें पासे कोचां दा मैं देखदा वी जोर लगा होया उधले पासे भीर भी हल्की हल्की कोचिंग दिंदा इधले पासे प्रभजोत सिंह जहाज भी हल्की हल्की कोचिंग दे रहा है पर कबड्डी देखदे वी इधले पासे मंदरा वाल वाले घोड़े दी पै गई है ते दूसरे पासे शेरपुर दोने वाला सत्तू कोशिश करदा होया मैदान दे विच ते नंबर इस समय फराले दी टीम दे खाते ऐलान हो गया साडे कुलवंत सिंह जी कंते उहनां दे वल्लों साडे बागी इटवाल जी उहनां दे वल्लों कि जिन्ने जफे होणगे फराले दी टीम दे उहने 100-100 देवांगे हर जफे दे उपर बल्कि 200 रुपए दा वड्डा मान सम्मान जिहड़ा होवेगा इहनां दोवां वीरां दे वल्लों। यारियां दे विच वड्डा नाम है कि जोड़ियां जग थोड़ियां ते नरण होर बथेरे जोड़ियां प्रसिद्ध उधले पासे हुण गिंदी बहुत वधिया कोशिश करदा होया ते साडे जंजल सिंह जी की इशारा करनगे नंबर रेडर दे वास्ते नंबर करीहे दी टीम दे खाते। चल भी लवली सिया पाक बड़ी नौजवान वखरा अंदाज है दो वीर खेडदे ने कबड्डी अगले पासे कदी सज्जे कदी खब्बे हथ लाउण दी कोशिश कीती जा रही है कोशिश पूरी दूसरे पासे सिधवा दोना वाला मत्तू ए भी दो वीर कबड्डी खेडदे ने आ देखांगे लक नूं लपेटा पिया होया मैदान दे विच वजी होई कैंची और समा देखदे वी हुण किस दे हक दे विच सफलता किस दे हक दे विच होवेगी आ देखांगे उधर भी जफा ते इधर भी जफा मैदान दे विच लग चुका है। दूसरा सैमी फाइनल मैच जिहड़ी टीम जितेगी ਉਹ ਫਾਈਨਲ ਮੈਚ ਖੇਡੇਗੀ ਮੜਾਲੀ ਦੀ ਟੀਮ ਦੇ ਨਾਲ। ਲਵਦਲੇ ਪਾਸੇ ਹੁਣ ਅਗਲੀ ਕਬੱਡੀ ਨੈਟ ਪਾਉਣ ਦੇ ਲਈ ਵਧਿਆ ਹੋਇਆ ਕੋਈ ਸਾਬੂ ਆਖਦਾ ਕੋਈ ਨੈਟ ਆਖਦਾ ਨਾਨੋ ਮੱਲੀਆਂ ਵਾਲਾ ਸਮੇਂ ਅੱਗੇ ਨੂੰ ਵਧ ਕੇ ਕਬੱਡੀ ਪਾਉਂਦਾ ਹੋਇਆ ਕਿ ਬਰਸੀ ਬਾਰੀ ਖੱਟਣ ਗਿਆ ਸੀ ਕਿ ਖੱਟ ਕੇ ਲਿਆਂਦੀ ਫੱਟੀ ਨਹੀਂ ਗੁਲਾਬੂ ਨਿੱਕਾ ਜਿਹਾ ਤੇ ਮੈਂ ਮਾਜੇ ਦੀ ਜੱਟੀ। ਹਾਂਜੀ ਜਿਹੜੇ ਐਕਟਿਵ ਨਹੀਂ ਮਿਹਰਬਾਨੀ ਕਰਕੇ ਬੈਠ ਜਾਣ ਜਿਹੜੇ ਐਕਟਿਵ ਨਹੀਂ ਉਹ
ਬਾਕਸਾਂ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰਨਗੇ ਸਾਡੇ ਪ੍ਰਬੰਧਕਾਂ ਦੇ ਵੱਲੋਂ ਇਹ ਜਾਣਕਾਰੀ ਹੈ ਸੋ ਮਿਹਰਬਾਨੀ ਕਰਕੇ ਸਹਿਯੋਗ ਦਿਓ ਲਓ ਅਗਲੀ ਕਬੱਡੀ ਦੇਖਾਂਗੇ ਫਿਰ ਘੋੜੇ ਦੀ ਬਾਗੀ ਹੈ ਵੱਖਰਾ ਅੰਦਾਜ਼ ਗੁੰਦਵਾ ਜਿਹਾ ਸਰੀਰ ਹੈ ਕਿ ਗੁੰਦੇ ਹੋਏ ਮਸਲਾਂ ਚੋਂ ਨਾ ਵਾਧੂ ਮਾਸ ਦਿਸਦਾ ਤੇ ਖਾਧਾ ਹੋਇਆ ਘਿਓ ਯਾਰ ਉਹ ਪਸੀਨੇ ਰਾਹੀਂ ਰਿਸਦਾ ਖਾਧੇ ਹੋਏ ਘਿਓ ਦੀ ਗੱਲ ਮੈਦਾਨ ਦੇ ਵਿੱਚ ਆਉਂਦੀ ਹੋਈ ਸਾਡੇ ਬਾਗੀ ਟਵਾਲ ਜੀ ਉਹਨਾਂ ਦੇ ਨਾਲ ਸਾਡੇ ਕੁਲਵੰਤ ਸਿੰਘ ਜੀ ਕੰਤਾ ਸਾਹਿਬ ਹੋਣੀ ਵੱਡੇ ਮਾਣ ਬਖਸ਼ਦੇ ਨੇ ਇਹਨਾਂ ਟੀਮਾਂ ਦੇ ਖਿਡਾਰੀਆਂ ਨੂੰ ਕਿ ਵੱਡੇ ਮਾਣ ਦੇਵਾਂਗੇ ਔਰ ਉੱਥੇ ਸਾਡੇ ਲਾਡੀ ਟਵਾਲ ਜੀ ਹੋਣਾਂ ਦੇ ਵੱਲੋਂ ਜਿਹੜੇ ਵੱਡੇ ਮਾਣ ਸਨਮਾਨ ਹਾਂਜੀ ਚੱਲਦੇ ਹੋਏ ਮੈਚ ਦੇ ਦਰਮਿਆਨ ਫਰਾਲੇ ਦੇ ਨੰਬਰ 10 ਤੇ ਕਰੀਸ਼ੇ ਦੇ ਨੰਬਰ 14.5 ਹੁਣ ਸਾਈਡਾਂ ਚੇਂਜ ਹੋ ਚੁੱਕੀਆਂ ਨੇ ਫਰਾਲੇ ਦੀ ਟੀਮ ਹੁਣ ਮੇਰੇ ਤੋਂ ਸੱਜੇ ਹੱਥ 10 ਨੰਬਰ ਤੇ ਜਿਹੜੀ ਟੀਮ ਇਧਰਲੇ ਪਾਸੇ ਨੂੰ ਕਰੀਸ਼ੇ ਦੀ ਟੀਮ ਦੇ 14.5 ਨੰਬਰ ਹਰ ਸਮਾਂ ਬਹੁਤ ਵਧੀਆ ਤੇ ਰੌਚਕ ਮੈਚ ਸਾਡੇ ਗੁਰਪ੍ਰੀਤ ਗੋਪੀ ਪੰਚ ਹੋਣੀ ਵੀ ਤੱਕਦੇ ਨੇ ਵੱਡੀ ਜ਼ਿੰਮੇਵਾਰੀ ਸੀ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਹੁਤ ਵਧੀਆ ਮੈਚਾਂ ਦਾ ਆਨੰਦ ਮਾਣਦੀ ਹੋਈ ਸਾਰੀ ਦੁਨੀਆ 365 kabaddi.com ਦੇ ਜ਼ਰੀਏ ਦੁਨੀਆ ਦੇ ਕੋਨੇ ਕੋਨੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਧੇ ਲਾਈਵ ਟੈਲੀਕਾਸਟ ਕੀਤੇ ਜਾ ਰਹੇ ਨੇ ਵੱਡੇ ਮਾਣ ਤੇ ਫਖਰ ਵਾਲੀ ਗੱਲ ਹੈ ਸਾਡੇ NRI ਵੀਰਾਂ ਦੀ ਬਦੌਲਤ ਹੁਣ ਦੇਖਾਂਗੇ ਹਾਫ ਸਮੇਂ ਤੋਂ ਬਾਅਦ ਫਿਰ ਘੋੜੇ ਦੀ ਰੇਡ ਪੈ ਗਈ ਮੈਦਾਨ ਦੇ ਅੰਦਰ ਔਰ ਸਾਹਮਣੇ 4 ਜਾਫੀ ਬਿਲਕੁਲ ਤਿਆਰ ਨੇ ਆਹ ਦੇਖਾਂਗੇ 2 ਨੰਬਰ ਤੇ ਸਿਧਵਾ ਦੋਨਾ ਵਾਲਾ ਕੋਸ਼ਿਸ਼ ਕਰਦਾ ਹੈ ਲੇਕਿਨ ਨੰਬਰ ਰੇਡਰ ਦੇ ਵਾਸਤੇ ਜੁੜ ਗਿਆ ਨੰਬਰ ਇਸ ਸਮੇਂ ਫਰਾਲੇ ਦੀ ਟੀਮ ਦੇ ਖਾਤੇ ਚੱਲ ਵੀ ਬੱਦੋ ਵਾਲੀ ਆਪਾਂ ਹਾਂ ਕਬੱਡੀ ਸਾਹਮਣੇ 4 ਡੀਖਦੇ ਨੇ ਇੱਕ ਪਾਸੇ ਮੈਂ ਦੇਖਦਾ ਵੀ ਕੰਤਾ ਸ਼ਕਤੀਮਾਨ ਨਾਲ ਗੱਗੂ ਨਾਲ ਗਿੰਦੀ ਬਿਲਕੁਲ ਤਿਆਰ ਨੇ ਹਲਕੀ ਹਲਕੀ ਮਿੱਟੀ ਉੜਦੀ ਹੋਈ ਥੋੜਾ ਪਿਛਾ ਹਟਦੇ ਹੋਏ ਪਰ ਆਹ ਦੇਖਾਂਗੇ ਬੱਦੋ ਵਾਲੀਆ ਬੜਾ ਤੇਜ਼ ਤਰਾਰ ਤੇ ਪੱਬਾਂ ਦਾ ਛੋੜਾ ਖਿਡਾਰੀ ਆਪਣੀ ਟੀਮ ਦੇ ਲਈ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ ਇੱਕ ਜ਼ੋਰ ਦੇ ਨਾਲ ਅਗਲੀ ਕਬੱਡੀ ਜੋਤੀ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਹਲਕੇ ਹਲਕੇ ਕਦਮਾਂ ਦੇ ਨਾਲ ਕਿ ਜਿੱਥੇ ਮਾਹੀ ਪਵਿੱਤਰ ਦਾ ਉੱਥੇ ਉੱਗਦਾ ਸਰੋਂ ਦਾ ਬੂਟਾ ਪਰ ਆਹ ਦੇਖਾਂਗੇ ਹੁਣ 2 ਨੰਬਰ ਤੋਂ ਸਿੱਧਵਾ ਦੋਨਾ ਵਾਲਾ ਦੋਵੇਂ ਵੀਰ ਕਬੱਡੀ ਖੇਡਦੇ ਨੇ ਕਦੀ ਛੋਟੇ ਮੱਤੂ ਦੀ ਗੱਲ ਕਦੀ ਵੱਡੇ ਮੱਤੂ ਦੀ ਗੱਲ ਭੰਡਾਲ ਦੋਨਾਂ ਦੇ ਖੇਡ ਮੇਲੇ ਦੇ ਵਿੱਚ ਇਹਨਾਂ ਨੇ ਮੇਲਾ ਲੁੱਟਣ ਵਾਲੀ ਗੱਲ ਕੀਤੀ ਦੋਵਾਂ ਵੀਰਾਂ ਨੇ ਪਰ ਆਹ ਦੇਖਾਂਗੇ ਇਸ ਸਮੇਂ ਕਾਮਯਾਬੀ ਸਫਲਤਾ ਜਿਹੜੀ ਹੈ ਉਹ ਰੇਡਰ ਦੇ ਕਦਮ ਚੁੰਮਦੀ ਹੋਈ ਵੇਟ ਬੈਂਡ ਕਿਲੋ ਭਾਰ ਵਰਗ ਫਾਈਨਲ ਟੀਮਾਂ ਜਲਦ ਤੋਂ ਜਲਦ ਖੇਡ ਮੈਦਾਨ ਦੇ ਨਜ਼ਦੀਕ ਪੁੱਜਣ ਵੇਟ ਬੈਂਡ ਕਿਲੋ ਭਾਰ ਵਰਗ ਦੀਆਂ ਫਾਈਨਲ ਟੀਮਾਂ ਇਧਰਲੇ ਪਾਸੇ ਹਲਕੇ ਜੇ ਟੱਚ ਤੋਂ ਬਾਅਦ ਨੰਬਰ ਫੇਰ ਦੇਖਾਂਗੇ ਰੇਡਰ ਦੇ ਵਾਸਤੇ ਕਰੀਸ਼ੇ ਦੀ ਟੀਮ ਦੇ ਵਾਸਤੇ ਬੜਾ ਰੌਚਕ ਤੇ ਬੜਾ ਕਾਂਟੇਦਾਰ ਮੈਚ ਖੇਡਿਆ ਜਾ ਰਿਹਾ ਹੈ ਹਾਂਜੀ ਸੰਧਵਾ ਪਿੰਡ ਦੇ ਕਾਲੇ ਨੂੰ ਉਸਦੇ ਦੋਸਤ ਮਿੱਤਰ ਜਿਹੜੇ ਗੇਟ ਦੇ ਕੋਲ ਉਡੀਕਦੇ ਨੇ ਮਿਹਰਬਾਨੀ ਕਰਕੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਸਾਡਾ ਵੀਰ ਸੰਧਵਾ ਪਿੰਡ ਦਾ ਕਾਲਾ ਸੋ ਮਿਹਰਬਾਨੀ ਕਰਕੇ ਮੇਨ ਗੇਟ ਤੇ ਸੰਪਰਕ ਕਰੇ ਆਓ ਦੇਖਾਂਗੇ ਸਾਬੂ ਰੇਡ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਔਰ ਸਾਹਮਣੇ 4 ਜਾਫਿਆਂ ਦੇ ਵਿੱਚੋਂ ਸ਼ਕਤੀਮਾਨ ਤੇਜ਼ ਤਰਾਰ ਖਿਡਾਰੀ ਆ ਔਰ ਦੂਸਰੇ ਪਾਸੇ ਨਹੀਂ ਸਾ ਉੱਕਰਦੇ ਹੋਏ ਪੈਰ ਕਿ ਕਿੱਥੇ ਚੱਲੀਏ ਸਰੋਂ ਦਾ ਫੁੱਲ ਬਣ ਕੇ ਨਹੀਂ ਮਿੱਤਰਾਂ ਨੂੰ ਨਾਮ ਦੱਸ ਜਾ ਕਿ ਕਿੱਥੇ ਚੱਲੀਏ ਸਰੋਂ ਦਾ ਫੁੱਲ ਬਣ ਕੇ ਕਿ ਮਿੱਤਰਾਂ ਨੂੰ ਨਾਮ ਦੱਸ ਜਾ ਲੈ ਸ਼ਕਤੀਮਾਨ ਸੰਘਵਾਲ ਵਾਲਾ ਬਹੁਤ ਵਧੀਆ ਅੰਦਾਜ਼ ਨਾਲ ਜਫਾ ਲਾ ਕੇ ਨੰਬਰ ਜੋੜਦਾ ਹੋਇਆ ਸਾਡੇ ਕਮਲਜੀਤ ਸਿੰਘ ਜੰਡ ਨੂੰ ਮਾਣ ਹੈ ਇਹਨਾਂ ਦੋ ਖਿਡਾਰੀਆਂ ਦੇ ਉੱਪਰ ਕਦੀ ਸ਼ਕਤੀਮਾਨ ਦੀ ਗੱਲ ਕਦੀ ਕੰਤੇ ਦੀ ਗੱਲ ਰਾਹ ਦੇਖਾਂਗੇ ਸ਼ੇਰਪੁਰ ਦੋਨੇ ਵਾਲਾ ਸਮੇਂ ਸੱਤੂ ਕੋਸ਼ਿਸ਼ ਕਰਦਾ ਡੱਕਣ ਦੀ ਦੂਸਰੇ ਪਾਸੇ ਘੋੜਾ ਵੱਖਰੇ ਅੰਦਾਜ਼ ਦੇ ਨਾਲ ਨੰਬਰ ਫੇਰ ਜੋੜਦਾ ਆਪਣੀ ਟੀਮ ਦੇ ਖਾਤੇ ਹਾਂਜੀ ਮਤੂ ਦੇ ਵਾਸਤੇ ਹਰੇਕ ਜਫੇ ਦੇ ਉੱਪਰ ਸਾਡੇ ਜਸਵਿੰਦਰ ਸਿੰਘ ਜੀ ਮੱਟੂ ਜਨਰਲ ਸੈਕਟਰੀ ਵੱਲੋਂ 100 ਰੁਪਏ ਦੇ ਵੱਡੇ ਮਾਨ ਸਨਮਾਨ ਹੋਣਗੇ ਵੱਡੇ ਮਾਨ ਜਿਹੜੇ ਬਖਸ਼ਣਗੇ ਇਹਨਾਂ ਖਿਡਾਰੀਆਂ ਨੂੰ ਜੇਕਰ ਜਫਾ ਲਾਵੇਗਾ ਵੱਡੇ ਮਾਨ ਹੋਣਗੇ ਵੱਡੇ ਸਤਿਕਾਰ ਹੋਣਗੇ ਪਰ ਇਧਰਲੇ ਪਾਸੇ ਦੇਖਾਂਗੇ ਹੁਣ ਹਾਂਜੀ ਸਾਡੇ ਲਾਡੀ ਕੈਨੇਡਾ ਜੀ ਸ਼ਕਤੀਮਾਨ ਦੇ ਵਾਸਤੇ 200 ਰੁਪਏ ਦਾ ਵੱਡਾ ਮਾਨ ਸਨਮਾਨ ਦਿੰਦੇ ਹੋਏ ਪਰ ਆਹ ਦੇਖਾਂਗੇ ਇਧਰਲੇ ਪਾਸੇ ਜੋਤੀ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ ਚੱਲ ਵੀ ਸਤਵੀਰ ਸਿੰਘ ਪਾਕ ਬੜੀ ਨੌਜਵਾਨ ਹੌਸਲੇ ਦੇ ਨਾਲ
کہ بلند حوصلے ہی فتح کی بنیاد ہوا کرتے ہیں، کانتے ہاتھوں سے شمشیر اٹھایا نہیں کرتے۔ جناب مکھن علی اکثر بول بول دے نے کھڑاریاں دی ہلا شری دے واسطے، میچ بھی تک دے نے کہ بڑا ودیا، پر او دیکھا گے ادلے پاسے ستویر سنگھ تھابل کے پنڈ والا بڑا ودیا نمبر جوڑدا ہویا ہے اپنی ٹیم دے کھاتے۔ اگلی کبڈی کوڑا پھر پوندا ہویا ہے کہ ڈلدے رہن پسینے سدا چنڈے ہوئے شریرا چو، کبڈی کھیڈ کے جس کھٹن لوکاں دی پیڑا چو۔ او دیکھا گے جس کھٹدے ہوئے وڈے مان سنمان ادلے پاسے سوکھا پنڈ رکلا والا اس میں کوشش کردا ہویا ہے تے نمبر پھر مندرا وال والا گھوڑا اپنی ٹیم دے واسطے فرالے دی ٹیم دے کھاتے بہترین نمبر جوڑتا ہوا۔ اگلی کبڈی پھر دیکھا گے بدو والی شیرو پاؤن کے لیے میدان کے ودیا ہوا ہے، چار جا بھی بالکل تیار نے، ایک پاسے شکتیمان ایک پاسے کنتا دو نمبر تے گندی نال گگو ٹڈوار ورگے را دیکھا گے تیرے پاسے ہوں گل کی ہوے گی، گل کی ہوے گی میدان کے تیلی لونگ کا مقدمہ پاری تو تھانے دارا فیصلہ سوچ کے کری، کہ تیلی لونگ دا مقدمہ پاری تو تھانے دارا فیصلہ سوچ کے کری، سوچ سمجھ کے جڑے فیصلے او میدان دے وچ کیتے جا رہے نے، کیونکہ میچ بڑا کانٹے دی ٹکر ہے، بڑا روچک ہے، بڑا شاندار ہے۔ آؤ دیکھا گے ادلے پاسے ہوں سیکنڈ ہاف دی کبڈی میدان دے وچ پیندی ہوئی، مندرا وال والا کوڑا ایک پاسے کلپوریا گولی تیار بر تیار تجربے کار کھڑاری نال متو سرما دونوں والا ایک پاسے پنڈر کلا والا ہوں سوکھا پھر کچھ کٹتا ہوا میدان دے اندر وجی ہوئی کینچی اکثر کینچی جڑی نمبر دبا دینی ہے جافی نو۔ آ دیکھیں گے دلے پاسے سوکھا پنڈر کلا دی ترتیب اپنی ٹیم دے لئی بہت ودیا نمبر جوڑتا ہوا ایک زور دے نال۔ ہوں دیکھیں گے اگلی کبڈی کھلاڑی دے سے آئے گی، بڑا روچک تے بڑا انٹرسٹنگ میچ ہے، کوئی پتہ نہیں کیڑی ٹیم بازی مارے گی اس میچ دے وچوں، اس سمے دے نال جڑے فیصلے ہون گے، سمے دے نال باتاں ہون گیاں، سمے دے نال گلاں ہون گیاں۔ میدان دے اندر لو ستویر سنگھ تھابل کے بڑا اس میں کبڈی پاؤنا ہویا ہے، سیمی فائنل میچ دو ٹیمیں کھیڑ دیاں، گگو ٹڈوار اس میں فڑیا ہویا گٹ آتم وشواس دے نال جی داری دے نال کہ تیرا گٹ تے لکھاں سرنامہ جے وچھڑے تا یاد کری، کہ تیرا گٹ تے لکھاں سرنامہ جے وچھڑے تا یاد کری، یادگاری جفا لا کے نمبر اس میں فرالے دی ٹیم دے واسطے بہترین انک دا وعدہ کردا ہویا ہے۔ تے اگلی کبڈی پھر دیکھاں گے جوتی دی پیندی ہوئی میدان دے وچ، کدی سجے کدی کھبے کمدی ہوئی چین دے اوپر اکل پوریا گولی لاؤ دے پاسے گولی دا لگ گیا جفا میدان دے وچ وجدا سیدھا ہک دے وچ، تے فیصلے دیکھدے نے کی ہون گے، کی فیصلے ہون گے۔ ہاں جی نمبر جو ہے وہ جافی دے سے، ہاں جی نمبر جافی دے سے، کہ ریفری دا فیصلہ ٹل مترو تے پونٹو دا اشارہ جی دے ہے ول مترو، جی دے ول اشارہ او دا پین تے ریفری دا فیصلہ جو ہے بالکل انتم ہوئے گا، انتم فیصلے جڑے ساڑے آفیشل دے بڑے سوجوان بڑے سلجھے ہوئے آفیشل نے انتراشتری پتر دے، پر آو دیکھاں گے بدو والی شیرو این کہندے طوفان دی طرح کبڈی پاؤندا ہویا مگیا ہویا کھڑاری، سامنے چار جافی وی این کہندے مگے ہوئے، پاسلے پنڈ والا کنتا تیار ہے، نال دیکھاں گے شکتیمان سنگوال پنڈ دا نال کہندے گندی ورگے، پر آو دیکھاں گے ادلے پاسے ہن بندوق دے وانگ فائر کردا ہویا میدان دے وچ ایک زور دے نال پریاں ہوئیاں بگلا سما بیت گیا تے تاڑیاں وج گئیاں میدان دے اندر، شکتیمان دے واسطے وڈے مان سنمان جڑے او کیتے جا رہے نے ادلے پاسے کھڑاریاں دے، ایک ایک نمبر تاڑیاں والا، ایک ایک نمبر پیسیاں والا، ایک ایک نمبر نوٹاں والا، پر آؤ دیکھاں گے ادلے پاسے اگلی کبڈی پھر مندرا وال والا گھوڑا پاؤنا ہویا دوسرے پاسے سکھا پنڈر جفا نہیں لا سکا تے نمبر پھر ریڈر دے واسطے، نمبر پھر فرالے دی ٹیم دے کھاتے، ایک زور دے نال جڑدا ہویا وڈے مان محسوس کردے نے سردار پردمر سنگھ جی پنج صاحب، وڈا مان بخشیا دوسرے دن دے واسطے انہاں دے نال سڈے ہاں جی جڑے ساڈے وادو ویر نے مہربانی کر کے باکس دے وچ بیٹھ جان جی۔
ਜਿਹੜੇ ਵਾਧੂ ਨੇ ਜਿਹੜੇ ਐਕਟਿਵ ਨਹੀਂ ਮਿਹਰਬਾਨੀ ਕਰਕੇ ਉਹ ਬਾਹਰਲੇ ਪਾਸੇ ਵੜ ਜਾਣਾ ਪਰ ਇਹਦੇ ਪਾਸੇ ਦੇਖਾਂਗੇ ਹੁਣ ਘੋੜਾ ਫਿਰ ਕਮਾਲ ਕਰਦਾ ਹੋਇਆ ਕਮਾਲ ਦੀ ਗੇਮ ਕਮਾਲ ਦੇ ਮੈਚ ਔਰ ਕਮਾਲ ਦੀ ਖੇਡ ਖੇਡੀ ਜਾ ਰਹੀ ਹੈ ਦੋ ਟੀਮਾਂ ਖੇਡਦੀਆਂ ਨੇ ਜਿਹੜੀ ਟੀਮ ਜਿੱਤੇਗੀ ਫਾਈਨਲ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਦਾ ਮੈਚ ਲੜੇਗੀ ਹਾਂਜੀ ਸਾਡੇ ਲਾਡੀ ਕੈਨੇਡਾ ਜੀ ਐਲਾਨ ਕਰਦੇ ਨੇ ਕਿ ਜੇਕਰ ਸ਼ਕਤੀਮਾਨ ਹੁਣ ਜੱਫਾ ਲਾਵੇਗਾ 200 ਰੁਪਇਆ ਦੇਵਾਂਗੇ ਜੇਕਰ ਹੁਣ ਜੱਫਾ ਲੱਗੇਗਾ ਸ਼ਕਤੀਮਾਨ ਦਾ ਤੇ 200 ਰੁਪਏ ਦੇ ਵੱਡੇ ਮਾਨ ਸਨਮਾਨ ਲਾਡੀ ਕੈਨੇਡਾ ਪਰ ਇਧਰਲੇ ਪਾਸੇ ਦੇਖਦੇ ਵੀ ਹੁਣ ਵਿੰਦੀ ਬਹੁਤ ਵਧੀਆ ਜਾਫੀ ਬੜਾ ਤਜਰਬਾ ਰੱਖਦਾ ਮਾਰੋ ਤਾੜੀਆਂ ਮਾਰ ਦੋ ਜ਼ੋਰਦਾਰ ਤਾੜੀ ਮੁੰਡੇ ਦੇ ਲਈ ਵੱਖਰਾ ਅੰਦਾਜ਼ ਹੈ ਵੱਖਰਾ ਸਟਾਈਲ ਹੈ ਔਰ ਨੰਬਰ ਇਸ ਸਮੇਂ ਦੇਖਾਂਗੇ ਜਾਫੀ ਦੇ ਹਿੱਸੇ ਜੁੜਦਾ ਹੋਇਆ ਲਾ ਜੋਤੀਪੁਰ ਹੀਰਾ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਨਾਚਣ ਹਲਕੀ ਹਲਕੀ ਭਾਜ ਭਜਦਾ ਹੋਇਆ ਔਰ ਸਾਹਮਣੇ ਚਾਰ ਜਾਫੀ ਬਿਲਕੁਲ ਤਿਆਰ ਨੇ ਇੱਕ ਪਾਸੇ ਫਿਰ ਅਕਲਪੁਰੀਆ ਗੋਲੀ ਲਾ ਗੋਲੀ ਦੇਖਾਂਗੇ ਹੁਣ ਕੋਸ਼ਿਸ਼ ਕਰਦਾ ਹੋਇਆ ਫੜਦਾ ਗੁੱਟ ਨਹੀਂ ਰਿਸਾ ਹਟ ਜਾ ਪਿੱਛੇ ਆਓ ਦੇਖਦੇ ਵੀ ਨੰਬਰ ਇਸ ਸਮੇਂ ਫੇਰ ਰੇਡਰ ਦੇ ਵਾਸਤੇ ਕਿ ਤੀਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਕੋਕਾ ਬਣ ਗਿਆ ਨੀ ਕਿ ਤੀਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਕੋਕਾ ਬਣ ਗਿਆ ਨੀ ਕਬੱਡੀ ਪਾਉਣ ਦੇ ਲਈ ਫੇਰ ਨਾਜਨ ਵਧਿਆ ਹੋਇਆ ਦਰਸ਼ਕਾਂ ਦਾ ਬਹੁਤ ਵੱਡਾ ਹਜ਼ੂਮ ਤੱਕਦੇ ਹੋਏ ਇੱਕ ਇੱਕ ਨੰਬਰ ਬੜਾ ਕੀਮਤੀ ਹੈ ਦਰਸ਼ਕਾਂ ਦੇ ਵਾਸਤੇ ਲਾ ਸ਼ਕਤੀਮਾਨ ਨੂੰ ਫਿਰ ਕੋਸ਼ਿਸ਼ ਕਰਦਾ ਹੋਇਆ ਲਾਦਲੇ ਪਾਸੇ ਸ਼ਕਤੀਮਾਨ ਨਹੀਂ ਰਿਸਾ ਬੱਲੇ 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 ਲਾਦਲੇ ਪਾਸੇ ਜ਼ੋਰ ਜ਼ੋਰ ਦੀ ਗੱਲ ਮਾਰ ਦੋ ਤਾੜੀ ਜ਼ੋਰਦਾਰ ਤਾੜੀਆਂ ਵੱਜਦੀਆਂ ਹੋਈਆਂ ਵੱਡੇ ਮਾਨ ਸਨਮਾਨ ਸਾਡੇ ਹਾਂਜੀ ਸ਼ੇਰ ਅਟਵਾਲ ਵੱਲੋਂ 100 ਰੁਪਏ ਦੇ ਵੱਡਾ ਮਾਨ ਸਨਮਾਨ ਸ਼ਕਤੀਮਾਨ ਵਾਸਤੇ ਸਾਡੇ ਬਾਗੀ ਅਟਵਾਲ ਜੀ ਵੱਡੇ ਮਾਨ ਸਨਮਾਨ ਗੋਲੀ ਦੇ ਵਾਸਤੇ ਹਾਂਜੀ ਗੋਲੀ ਦੇ ਨੋਟਾਂ ਦੇ ਪਰ ਨਾਮ ਲਿਖ ਦਿਓ ਜੀ ਬਾਗੀ ਅਟਵਾਲ ਦੇ ਸਾਡੇ ਕੰਤੇ ਜੀ ਉਹਨਾਂ ਦੇ ਵੱਲੋਂ 200 ਰੁਪਏ ਦਾ ਵਾਢੀ ਬਾਗੀ ਦੇ ਵਾਸਤੇ ਵੱਡੇ ਮਾਨ ਸਨਮਾਨ ਲਓ ਦੇ ਵਾਸਤੇ ਫੇਰ ਨੰਬਰ ਘੋੜਾ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਬੱਦੋ ਵਾਲੀ ਇਸ ਸਮੇਂ ਫੇਰ ਕਬੱਡੀ ਐ ਦੇਖਾਂਗੇ ਕੰਤੇ ਹੁਣੀ ਬੜੇ ਗਾਰ ਦੇ ਨਾਲ ਦੇਖਦੇ ਨੇ ਜੋੜੀ ਪ੍ਰਸਿੱਧ ਹੈ ਕੰਤੇ ਤੇ ਬਾਗੀ ਦੀ ਐਨ ਕਹਿੰਦੇ ਯਾਰੀਆਂ ਦੇ ਵਿੱਚ ਵੱਡਾ ਨਾਮ ਹੈ ਨਹੀਂ ਰਿਸਾ ਇਧਰਲੇ ਪਾਸੇ ਪਾਸਲੇ ਵਾਲਾ ਕੰਤਾ ਲਾ ਬੱਲੇ ਬੱਲੇ ਹੋ ਗਈ ਲਾ ਬੱਲੇ 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 ਮੈਦਾਨ ਦੇ ਵਿੱਚ ਨਹੀਂ ਰਿਸਾ ਬਹੁਤ ਵਧੀਆ ਅੰਦਾਜ਼ ਨਾਲ ਜਫਾ ਲੱਗ ਗਿਆ ਠੰਡੇ ਹੁਣ ਦੂਰ ਨੇ ਸਮਾਂ ਬੀਤਦਾ ਜਾ ਰਿਹਾ ਫੈਸਲਾ ਕੀ ਹੋਵੇਗਾ ਇਹ ਫੈਸਲਾ ਸਾਡੇ ਮੰਜੀ ਬੋਲ ਗਿਆ ਤੇ ਨੰਬਰ ਇਸ ਸਮੇਂ ਜਾਫੀ ਦੇ ਹਿੱਸੇ ਬੜੇ ਵੱਖਰੇ ਜਿਹੇ ਅੰਦਾਜ਼ ਨਾਲ ਜੁੜ ਗਏ ਬਿਲਕੁਲ ਆਖਰੀ ਪਲਾਂ ਦੇ ਉੱਪਰ ਮੈਚ ਹੈ ਜੀ ਬਿਲਕੁਲ ਆਖਰੀ ਪਲਾਂ ਦੇ ਉੱਪਰ ਮੈਚ ਤੇ ਘੋੜੇ ਦੀ ਰੇਡ ਫਿਰ ਦੇਖਾਂਗੇ ਪੈ ਗਈ ਹੈ ਇੱਕ ਇੱਕ ਨੰਬਰ ਦੋਵਾਂ ਟੀਮਾਂ ਦੇ ਲਈ ਹੁਣ ਕੀਮਤੀ ਬਣਿਆ ਹੋਇਆ ਸਾਡੇ ਜਿਹੜੇ ਲਾਈਨਮੈਨ ਨੇ ਮਿਹਰਬਾਨੀ ਕਰਕੇ ਬੜੇ ਗੌਰ ਦੇ ਨਾਲ ਦੇਖਣਗੇ ਕਿਉਂਕਿ ਮੈਚ ਜਿਹੜਾ ਬਿਲਕੁਲ ਫਸਿਆ ਹੋਇਆ ਹੈ ਜਿਹੜੀ ਟੀਮ ਜਿੱਤੇਗੀ ਸਾਡੇ ਲਾਡੀ ਟਵਾਲ ਜੀ ਉਹਨਾਂ ਦੇ ਵੱਲੋਂ ਵਾਸ਼ਿੰਗ ਮਸ਼ੀਨਾਂ ਦੇ ਕੇ ਵੈਸਟੇਡਰ ਦੇ ਜਾਫੀ ਨੂੰ ਨਵਾਜ਼ਿਆ ਜਾਵੇਗਾ ਫਾਈਨਲ ਮੈਚ ਦੇ ਵਿੱਚ ਲਾ ਸਤਵੀਰ ਸਿੰਘ ਥਾਬਲਕੇ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਫੇਰ ਨੌਜਵਾਨ ਹਮਲਾ ਬੋਲਦਾ ਹੋਇਆ ਇੱਕ ਪਾਸੇ ਕੰਤਾ ਹੁਣ ਦੇਖਦੇ ਵੀ ਕੋਸ਼ਿਸ਼ ਕਰੂ ਪਰ ਨਹੀਂ ਰਿਸਾ ਅੰਦਰਲੇ ਪਾਸੇ ਹਲਕੇ ਜੇ ਟੱਚ ਤੋਂ ਬਾਅਦ ਸਤਵੀਰ ਸਿੰਘ ਆਪਣੀ ਟੀਮ ਦੇ ਖਾਤੇ ਫੇਰ ਮੈਚ ਜੋੜਦਾ ਹੋਇਆ ਮੈਚ ਦੀ ਸਮਾਪਤੀ ਕਿਹੜੀ ਟੀਮ ਜਿੱਤਗੀ ਹੁਣ ਸਮੇਂ ਦੇ ਨਾਲ ਫੈਸਲੇ ਹੋਣਗੇ ਹਾਂਜੀ ਚੱਲਦੇ ਹੋਏ ਮੈਚ ਦੇ ਵਿੱਚ ਮੈਨੂੰ ਲੱਗਦਾ ਵੀ ਹਾਂਜੀ ਸਕੋਰ ਦੱਸੋ ਕਿਉਂਕਿ ਦਰਸ਼ਕਾਂ ਤੋਂ ਤਾੜੀਆਂ ਮਰਵਾਉਣੀਆਂ ਹਾਂਜੀ ਕਰੀਫੇ ਦੇ ਨੰਬਰ ਜਿਹੜੇ 23 ਤੇ ਫਰਾਲੇ ਦੇ ਨੰਬਰ 27 ਮਾਰ ਦਿਓ ਤਾੜੀਆਂ ਫਰਾਲੇ ਦੀ ਟੀਮ ਜਿੱਤ ਗਈ ਆ ਜੀ ਜੇ ਮੈਚ ਵਧੀਆ ਲੱਗਿਆ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦਿਓ ਦੋਵਾਂ ਟੀਮਾਂ ਦੇ ਲਈ ਕਿਉਂਕਿ ਬੜਾ ਰੌਚਕ ਤੇ ਬੜਾ ਇੰਟਰਸਟਿੰਗ ਮੈਚ ਸੀ ਹਾਂਜੀ ਅਕੈਡਮੀਆਂ ਦੀਆਂ ਦੋਵੇਂ ਟੀਮਾਂ
हाँ जी गोल्डी क्लब हरिपुर ते श्रोमणी बंदी कमेटी दी टीम जी जल्द तो जल्द खेल मैदान विच पुजे। हाँ जी जिहड़ियां दो टीमां ने अकैडमीज़ दियां जल्द तो जल्द खेल मैदान दे विच अजन गोल्डी क्लब हरिपुर ते श्रोमणी प्रबंधकी कमेटी दी जिहड़ी टीम है मेहरबानी करके जल्द तो जल्द खेल मैदान दे विच पुज्जे। साडे स्पॉन्सर गोभी बोनी ते मीका चंडेर दे वल्लों इह जिहड़ी टीम जिहड़ी स्पॉन्सर कीती होई ते साडे बाबे राणे जी उहनां दे प्यार भरे सद्दे जिहड़े कबूले ने इस टीम ने, मैं इन्हां सारे खिडारियों का इस्तकबाल करदा। सो टीम दे अगे बेनती है कि जल्द तो जल्द खेल मैदान दे विच पुज्जे। ओपन दे बाद रौचक ते वधिया मैच हुण आपां नूं देखण नूं मिलणगे। बेस्ट ट्रेनर ते जाफी नूं मोटरसाइकिल दित्ते जाणगे साडे अहंकार सिंह जी अटवाल साहब कनेडा दे वसनीक उहनां दे वल्लों वड्डे माण ते फकर वाली गल है। सो दोवें टीमां जल्द तो जल्द खेल मैदान दे विच अजन गोल्डी क्लब हरिपुर ते दूसरे पासे श्रोमणी प्रबंधकी कमेटी जी जिन्हां टीमां दे पैसे बोले ने मेहरबानी करके जिन्हां दे मान सम्मान ने वो आपो अपने मान सम्मान जिहड़े टैक्नीकल कमेटी दे कोलों आके हासिल करन। जिहड़े टैक्नीकल कमेटी दे कोलों जिहड़ियां टीमां दे वेट 70 किलो दा होणा सैमी जिहड़ा मैच खेडिया गया जिन्हां जिन्हां खिलाड़ियों के नाम बोले ने जिन्हां दे पैसों के उपर नाम बोले ने मेहरबानी करके अपने पैसे जिहड़े टैक्नीकल कमेटी दे कोलों हासिल कर लैण ते नाल दी नाल श्रोमणी प्रबंधकी कमेटी की जिहड़ी टीम है जल्द तो जल्द खेड मैदान दे विच पुज्जे ते दूसरे पासे गोल्डी क्लब हरिपुर की टीम। दो मिनट का समा दोवें टीमों नूं जी और सीधे जिहड़े प्रसार ने 365 कबड्डी .com के जरिए बाहरले देशों के विच साडे एनआरआई वीर तकदे ने जिन्हां दे वल्लों वड्डे मान ते सन्मान ने। हाँ जी गोल्डी क्लब हरिपुर की टीम ते दूसरे पास श्रोमणी प्रबंधकी कमेटी की जिहड़ी टीम है सो जल्द तो जल्द खेल मैदान दे विच पुज्जे। हाँ जी क्रीहे की टीम 65 किलो भार वर्ग की जल्दी आवेगी। हाँ जी फराले की बच्चा क्रीहे की हले टीम। हाँ जी पैसे जेडे मुख स्टेज तो हासिल करो जी। हाँ जी क्लबां दीआं दोवें टीमां दे अगे बेनती कि जल्दी आ जाओ जी जल्दी। हुण लास्ट एक मिनट का समा सो टीमां दे अगे जल्दी आ जाओ खेड मैदान दे अंदर। हाँ जी साडा बीनू वीर लाइटां वाला जिथे भी आवाज सुनदा वे मेहरबानी करके जल्द तो जल्द टैक्नीकल टेबल दे सामने पासे आ जावे और श्रोमणी प्रबंधकी कमेटी जिहड़ी टीम आ जल्द तो जल्द खेड मैदान दे विच पुज्जे। इह साडे प्रबंधकां दे वल्लों बेनती है ते हुण जिहड़ी अगली हाजरी लैके हाजर होणगे साडे हाँ जी साडे प्रीत जी गुरप्रताप जल्द तो जल्द टैक्नीकल कमेटी के सामने पासे आ जाण और वर्ल्ड फेमस आवाज के मालिक साडे जनाब मखनली जी हुण अगली कार्रवाई लैके आप जी दे नाल सेवा दे विच हाजर होणगे। सो उन्हां दे अगे भी बेनती है कि आपां
खेड मैदान दो कदम चल के आवांगे। साडे प्रबंधकां दे वल्लों बेनती है ते टीमां तैयार ने। हां जी क्रीहे दी टीम बेट बैंड कोलों जल्दी आवे जी, फराले दी टीम भी जल्दी आवे और उस तो पहला जिहड़ा मैच होवेगा बहुत वधिया ते शानदार ते जानदार अंदाज नाल। हां जी सुखा क्रीहे वाला सुखा पिंडर अपना पैसा लै जाणा कि सुखा पिंडर जिथे भी विवाद सुणदा वे सुखा पिंडर जां वीर क्रीहे वाला अपने खिडारियों के जिहड़े पैसे ने वह हासिल कर लैण साडे इंदू जी उहनां दे कोलों। और हुण जिहड़े बहुत वधिया ते शानदार मैच हुण हुणे होएगा ते साडे वर्ल्ड फेमस आवाज दे मालिक जनाब मक्खण अली जी इस मैच की कार्रवाई करनगे। बहुत बहुत जीआं नूं इहनां दा एक बार मैं फिर तो अपने वल्लों ते सारी प्रबंधकी कमेटी वल्लों आखदा हाँ। हुण बड़ा वधिया ते रौचक मैच होएगा वेस्ट रेडर ते जाफी नूं जिहड़े मोटरसाइकिल उत्ते जाणगे साडे ओंकार सिंह जी टवाल साहब जिहड़े कनेडा तो स्पॉन्सर कीते ने उहनां दे वल्लों मोटरसाइकिल नाल दी नाल कमल बोतलां वाले दा वड्डा मान सन्मान जिहड़ा उह अज गड्डी दे नाल विशेष तौर ते कीता जाएगा साडे ओंकार सिंह जी टवाल साहब उहनां दे वल्लों। मैं इहनां सारे एनआरआईआं दा बहुत बहुत धन्नवाद करदा विशेष तौर ते रिणियां कि जिहड़े वड्डे सहयोग करदे ने इहनां खेड कबड्डी दे खिडारियां नूं। और उ 70 किलो भार वर्ग के वे मान सम्मान साढ़े लाडी अटवाल जी वो भी कनेडा के वसनीक ने उन्होंने वालों भी जोड़े बेस्ट ट्रेडर के जाफी वे इनाम जोड़े स्पॉन्सर किए जाने सर। हूँ मैं तो टीम बिल्कुल तैयार ने चंद मिनटा के आप जी की सेवा दे अगले मैच की कार्रवाई करते हुए साढ़े सत्कारयोग वीर हूँ नजर आएंगे। फरीदा खाक ना निंदीए खाक जिड़ना कोई जीवदिया पैरां तले मोया उपर होए। श्री गुरु हर राय साहब जी दी याद दे विच बनी हुई स्पोर्ट्स क्लब पंजाबियां दी महबूब खेड कबड्डी कबड्डी जगत दे विच इस पिंड दा नाम इस सारे एरिए दा नाम दुनिया दे विच बड़ा प्रसिद्ध है। कबड्डी प्रमोटरां दे तौर ते वड्डा रुतबा साडे पंजाब नूं पंजाबियां दीआं खेडां नूं बख्शिया है। सारे एरिए का एरिए दी पुजी हुई सारिया संगतों का बहुत बहुत स्वागत है। अज इस कबड्डी कप के सारे जी आए कि मंत्र मुक जाने जफे छुट जाने सदा नहीं रेडा रेड होंगी मन कहना तो चार दिन खेड लै टहले सदा साना दिया भी नहीं जगत भेड़ होंगी सदा साना दिया भी नहीं जगत भेड़ होंगी। मान कबड्डी खिडारी संधवा वाला टहला जिस दिखिया हुई लाइना बड़े 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 खिडारी टहले वर्गे बैराम दे अमरीक वर्गे और नौजवान प्रेमी वर्गे इस एरिए ने पैदा किए आपो अपने पिंडां दा नाम दुनिया दे विच बड़ा प्रसिद्ध किया। अज आप फराला पिंड दे विच इस कबड्डी कप की गल इन्हां कबड्डी के खिडारियों की गल जो है सारे आयोजकों के सारे प्रयोजकों के बहुत बड़े सहयोग दे नाल करांगे। पर जो टीमां मैदान दे विच इस समय मुकाबला खेडण दे वास्ते तैयार बर तैयार ने मेरे तो सजे पासे श्रोमणी गुरुद्वारा प्रबंधक कमेटी की टीम
ਸਾਡੇ ਵੀਰ ਗੋਪੀ ਪੂਨੀ ਤੇ ਮੀਤਾ ਝੰਡੇਰਾ ਵੱਲੋਂ ਸਪਾਂਸਰ ਕੀਤੀ ਗਈ ਹੈ। ਇਹਨਾਂ ਸਾਰੇ ਸਪੈਕਟਡ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਕਬੱਡੀ ਦੁਨੀਆ ਦੇ ਉੱਪਰ ਬੜੀ ਪ੍ਰਸਿੱਧੀ ਹਾਸਲ ਕਰ ਚੁੱਕੀ। ਬਾਗੀ ਅਟਵਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗ੍ਰੇਵਜ਼ੈਂਡ ਦੀ ਕਬੱਡੀ ਕਲੱਬ ਦਾ ਵੱਡਾ ਨਾਮ ਹੈ ਇੰਗਲੈਂਡ ਦੇ ਵਿੱਚ ਉਸ ਖੇਡ ਕਲੱਬ ਦੇ ਨਾਲ ਜੁੜੇ ਹੋਏ। ਨਾਲ ਸਾਡੇ ਕੰਤਾ ਜੀ ਉਹ ਵੀ ਵਿਸ਼ੇ ਤੌਰ ਤੇ ਯੂਕੇ ਤੋਂ ਆਏ ਨੇ, ਆਪਾਂ ਧੰਨਵਾਦ ਕਰਦੇ ਹਾਂ ਪ੍ਰਵਾਸੀਆਂ ਦਾ। ਲਓ ਜੁੜਾਂਗੇ ਖੇਡ ਕਬੱਡੀ ਦੇ ਇਸ ਮੈਦਾਨ ਦੇ ਨਾਲ ਪਹਿਲੀ ਕਬੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਪ੍ਰਦੀਪ ਪਾਉਂਦਾ ਹੋਇਆ। ਔਰ ਦੂਸਰੇ ਪਾਸੇ ਹਰੀਪੁਰੀ ਗੋਲਡੀ ਦੀ ਯਾਦ ਵਿੱਚ ਬਣੀ ਹੋਈ ਖੇਡ ਕਲੱਬ, ਬਹੁਤ ਵਧੀਆ ਮੁਕਾਬਲਾ ਦੋਵੇਂ ਟੀਮਾਂ ਦੇ ਦਰਮਿਆਨ ਤੇ ਪੁਆਇੰਟ ਹਰੀਪੁਰੀ ਗੋਲਡੀ ਆਦਮਪੁਰ ਦੇ ਲਾਗੇ ਹਰੀਪੁਰ ਪਿੰਡ ਦਿਲਾਵਰ ਦਾ ਵੀਰ ਨਹੀਂ ਰਿਹਾ ਸਾਡੇ ਦਰਮਿਆਨ, ਉਹਦੀ ਯਾਦ ਦੇ ਵਿੱਚ ਇੰਦਰਜੀਤ ਸਿੰਘ ਤੁੰਨੇ ਦੀ ਅਗਵਾਈ ਵਾਲੀ ਟੀਮ ਮੈਦਾਨ ਦੇ ਅੰਦਰ। ਲਾਓ ਰੇਡ ਪਾਉਣ ਦੇ ਵਾਸਤੇ ਗੋਰਾ ਨਿਸ਼ੋਰ ਰੰਗ, ਇਹ ਨੌਜਵਾਨ ਫੱਬੀਆਂ ਵਾਲਾ ਪੰਡਿਤ ਹੈ, ਇੱਕ ਦੇਵੀ ਦਿਆਲ ਪੰਡਿਤ ਕੁੱਬਿਆਂ ਦਾ ਬੜਾ ਮਸ਼ਹੂਰ ਹੋਇਆ ਖੇਡ ਕਬੱਡੀ ਦੇ ਜਗਤ ਦੇ ਵਿੱਚ ਵੱਡਾ ਨਾਮ ਰਿਹਾ। ਲਾਓ ਪੰਡਿਤ ਫੱਬੀਆਂ ਵਾਲੇ ਦੀ ਪਈ ਹੋਈ ਕਬੱਡੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਨੌਜਵਾਨ ਕਿਸ਼ਨਪੁਰੀ ਕੋਸ਼ਿਸ਼ ਕਰਦਾ ਹੋਇਆ ਡੱਕਲਣ ਦੀ, ਪਰ ਪੁਆਇੰਟ ਪੰਡਿਤ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ। ਮੈਂ ਧੰਨਵਾਦ ਕਰਦਾ ਸਾਡੇ ਵੀਰ ਲਾਡੀ ਜੀ ਕੈਨੇਡਾ ਦੇ ਜੋ ਵੈਨਕੂਵਰ ਦੇ ਵਸਨੀਕ ਹੈ, ਉਹਨਾਂ ਵੱਲੋਂ ਵਾਸ਼ਿੰਗ ਮਸ਼ੀਨਾਂ ਖਿਡਾਰੀਆਂ ਨੂੰ ਦਿੱਤੀਆਂ ਜਾਣਗੀਆਂ। ਓਪਨ ਕਲੱਬਾਂ ਦੇ ਵਿੱਚ ਜਿਹੜੇ ਬੈਸਟ ਹੋਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਕਾਰ ਸਿੰਘ ਜੀ ਕੈਨੇਡਾ, ਉਹਨਾਂ ਨੂੰ ਮੋਟਰਸਾਈਕਲ ਜੋ ਹੈ ਦਿੱਤੇ ਜਾਣਗੇ, ਔਰ ਕਮਲ ਬੋਦਲਾ ਨੂੰ ਜੋ ਗੱਡੀ ਦਿੱਤੀ ਜਾਵੇਗੀ ਕਾਰ ਸਿੰਘ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ, ਉਹਨਾਂ ਵੱਲੋਂ ਇਹ ਗੱਡੀ ਦਿੱਤੀ ਜਾਵੇਗੀ। ਪਹਿਲਾ ਪ੍ਰਾਈਜ਼ ਸਾਹਿਬ ਬੂਟਾ ਸਿੰਘ ਦੇ ਬੇਟੇ ਯੂਕੇ ਤੋਂ ਸਤਪਾਲ ਸਿੰਘ ਤੇ ਜਤਿੰਦਰਪਾਲ ਜੀ ਉਹਨਾਂ ਵੱਲੋਂ ਦਿੱਤੇ ਜਾਣਗੇ, ਔਰ ਸੈਕੰਡ ਪ੍ਰਾਈਜ਼ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਬਾਗੀ ਅਟਵਾਲ ਜੀ ਯੂਕੇ ਦੇ ਗ੍ਰੇਵਜ਼ੈਂਡ ਤੋਂ ਦੇਣਗੇ। ਬਹੁਤ ਬਹੁਤ ਧੰਨਵਾਦ ਫਰਾਲਾ ਦੇ ਨਗਰ ਨਿਵਾਸੀਆਂ ਵੱਲੋਂ ਸਾਰੇ ਸਪੋਰਟਸ ਕਲੱਬ ਵੱਲ। ਲਓ ਬੜੇ ਪਿੰਡੀਆ ਜੀਤਾ, ਜਿੱਥੋਂ ਦਾ ਰਸ਼ੀਦ, ਜਿੱਥੋਂ ਦਾ ਸਨੀ ਸੋਤਾ ਵੱਡੇ ਖਿਡਾਰੀ ਹੋਏ। ਮਾਛੀਵਾੜਾ ਤੇ ਭਰੋਲੀ ਸੈਕਿੰਡ ਮੈਚ ਦੇ ਵਾਸਤੇ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਲੱਗੇ ਜਾਣ। ਮਾਛੀਵਾੜਾ ਤੇ ਭਰੋਲੀ ਸੈਕਿੰਡ ਮੈਚ ਖੇਡਿਆ ਜਾਵੇਗਾ। TV08CD3338 ਸਵਿਫਟ ਗੱਡੀ, ਉਹਨੇ ਰਸਤਾ ਬਲੌਕ ਕੀਤਾ ਹੋਇਆ, ਮਿਹਰਬਾਨੀ ਕਰਕੇ ਉਹ ਮੂਵ ਕਰ ਲੈਣ ਜਿਹਦੀ ਵੀ ਗੱਡੀ ਹੋਵੇ। 3338 ਨੰਬਰ ਗੱਡੀ ਹੈ ਸਵਿਫਟ, ਉਹ ਸਾਈਡ ਤੇ ਕਰ ਲੈਣ। ਲਓ ਭੋਲੂ ਦੀ ਕਬੱਡੀ ਨਾਲ ਜੁੜੀ ਇਸ ਮੈਦਾਨ ਦੇ ਵਿੱਚ ਭੋਲੂ ਨੌਜਵਾਨ ਗੋਲਡੀ ਹਰੀਪੁਰੀ ਯਾਦਗਾਰੀ ਕਬੱਡੀ ਕਲੱਬ ਦੀ ਟੀਮ ਦਾ ਇੱਕ ਖਿਡਾਰੀ ਮੈਦਾਨ ਦੇ ਵਿੱਚ ਰੇਡ ਪਾਉਂਦਾ ਹੋਇਆ। ਦੂਸਰੇ ਪਾਸੇ ਕਿਸ਼ਨਪੁਰੀ ਆ ਗੁਰਦਿੱਤਾ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਸਿੱਖੀ ਸਰੂਪ ਦੇ ਵਿੱਚ ਖੇਡਦਾ ਖਿਡਾਰੀ ਗੁਰਦਿੱਤਾ ਸਿੰਘ ਇਸ ਸਮੇਂ ਡੱਕਰਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕਿ ਆਈ ਜਾਨ ਸ਼ਿਕੰਜੇ ਅੰਦਰ ਜਿਉਂ ਵੇਲਣੇ ਵਿੱਚ ਗੰਨਾ ਰੂਹ ਨੂੰ ਆਖ ਮੁਹੰਮਦ ਅਜੇ ਰਵੇ ਤਾਂ ਮੰਨਾ। ਬਹੁਤ ਵਧੀਆ ਦੇਖਦੇ ਵੀ ਮੈਦਾਨ ਦੇ ਵਿੱਚ ਕਿਸ਼ਨਪੁਰੀਆ ਬਹੁਤ ਵਧੀਆ ਕਮਾਲ ਦਾ ਜਫਾ ਲਾ ਕੇ ਪਾਉਣ ਦਾ ਵਾਅਦਾ ਕਰਦਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦਾ ਸਿਮਰਾ ਨੌਜਵਾਨ ਰਾਏ ਪਿੰਡ ਵਾਲਾ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵਧਦਾ ਹੋਇਆ ਕਿ ਕਰਾਂ ਜੋਧਰੀ ਪਿਤਾ ਦਸ਼ਮੇਸ਼ ਅੱਗੇ ਮੇਰੇ ਭਾਗਾਂ ਵਿੱਚ ਪੰਥ ਦਾ ਪਿਆਰ ਲਿਖਦੇ ਲਿਖਦੇ ਮੇਰੀ ਤਲਵਾਰ ਦੇ ਜ਼ਫਰਨਾਮਾ ਇਹਦੀ ਢਾਲ ਤੇ ਚੰਡੀ ਦੀ ਵਾਰ ਲਿਖਦੇ ਅਣਖੋ ਸੱਖਣੇ ਦਿਲਾਂ ਦੇ ਕਾਗਜ਼ਾਂ ਤੇ ਚੜ੍ਹਦੀ ਕਲਾ ਦੇ ਅੱਖਰ ਚਾਰ ਲਿਖਦੇ ਸਾਜਨਾ ਵਾਸਤਾ ਪੰਥ ਦਾ ਹੀ ਕਿ ਕੌਮ ਦੇ ਨਾਲ ਇੱਕ ਹੋਰ ਅਜੀਤ ਜੁਜਾਰ ਲਿਖਦੇ ਬੰਗਲ ਦੇ ਪਾਸੇ ਦੇਖਣ ਦੀ ਕੋਸ਼ਿਸ਼ ਕਰਦਾ ਹਾਂ। ਬਹੁਤ ਵਧੀਆ ਜਫਾ ਬੱਲੇ ਬੱਲੇ ਹੈਰੀ ਸਹਿ ਬਹੁਤ ਵਧੀਆ ਕਮਾਲ ਦਾ ਜਫਾ ਲੱਗਣ ਦੀ ਕੋਸ਼ਿਸ਼ ਚੱਲਦੀ ਹੋਈ ਇਸ ਨੌਜਵਾਨ ਦੀ ਹੰਦੇ ਦੂਰ ਹੁੰਦੇ ਹੋਏ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਹਦੇ ਸਾਥ ਚੈਂਚਲ ਸਿੰਘ ਜੀ ਤੇ ਪੁੰਨੂ ਮੁਜਾਰਾ ਦੇ ਸਾਥ ਮਨਜੀਤ ਸਿੰਘ ਜੀ ਅਫੀਸ਼ੀਅਲ ਬਣੇ ਹੋਏ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਹਤੇ ਚਾਨਣ ਹੁੰਦੇ ਆ ਕੁਰਬਿਨ ਕੋਰ ਅੰਦਰ। ਕੋਚਾਂ ਦਾ ਧੰਨਵਾਦ ਸਾਡੇ ਰਾਣਾ ਬਾਬਾ ਜੀ ਕੋਚ ਸਾਹਿਬ ਤੇ ਬਿੰਦੂ ਫਰਾਲੇ ਵਾਲਾ ਕਬੱਡੀ ਖੇਡਦਾ ਖੇਡਦਾ ਕੋਚਾਂ ਦੇ ਤੌਰ ਤੇ ਵੱਡੀ ਦੇਣ ਮਾ ਖੇਡ ਕਬੱਡੀ ਨੂੰ ਸਾਰੇ ਸਹਿਯੋਗੀਆਂ ਦਾ ਧੰਨਵਾਦ। ਕਾਕਾ ਢੋਡਿਆਂ ਵਾਲਾ ਬਹੁਤ ਵਧੀਆ ਕਮਾਲ ਦਾ ਖਿਡਾਰੀ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਵਾਸਤੇ ਜੋ ਹੈ ਮੈਦਾਨ ਦੇ ਵਿੱਚ ਲਾਜਫਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ। ਜਿੰਨੀਆਂ ਵੀ ਰੱਬ ਰੂਪੀ ਸੰਗਤਾਂ ਇਸ ਖੇਡ ਮੈਦਾਨ ਦੇ ਨਾਲ ਜੁੜੀਆਂ ਨੇ, ਸ੍ਰੀ ਗੁਰੂ ਹਰਿਰਾਜ ਸਾਹਿਬ ਸਪੋਰਟਸ ਕਲੱਬ ਫਰਾਲਾ ਵੱਲੋਂ ਫਰਾਲਾ ਦੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ। ਸੰਧਵਾ ਫਰਾਲਾ ਦੋ ਪਿੰਡ ਬੋਲਣ ਦੇ ਵਿੱਚ ਨਾਮ ਇਕੱਠੇ ਹੁੰਦੇ ਜਿਵੇਂ ਘਾਰੀ ਸਾਰੀ ਜਿਵੇਂ ਕਹਿੰਦੇ ਵਿਚੋਲ ਬਲੇਨ ਚੌੜੇ ਮਧਰੇ ਬਹੁਤ ਸਾਰੇ ਪਿੰਡ ਦੋ ਹੁੰਦੇ ਬੋਲਣ ਦੇ ਵਿੱਚ ਨਾਮ ਇਕੱਠੇ ਹੁੰਦੇ। ਲਓ ਇਧਰੇ ਪਾਸੇ ਗੱਲ ਖੇਡ ਕਬੱਡੀ ਦੀ ਰਾਜਾ ਔਲਖ ਬਹੁਤ ਵਧੀਆ ਪੁਆਇੰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸਾਡੇ ਸਤਿਕਾਰਯੋਗ ਵੀਰ ਗੋਪੀ ਪੂਨੀ ਤੇ ਮੀਤਾ ਝੰਡੇਰ ਜੀ ਉਹਨਾਂ ਵੱਲੋਂ ਜੋ ਹੈ ਇਹ ਸਪੋਂਸਰ ਕੀਤੀ ਗਈ ਹੈ। ਜਿੰਨੇ ਵੀ ਸਾਡੇ ਵੀਰਾਂ ਨੇ ਟੀਮਾਂ ਸਪੋਂਸਰ ਕੀਤੀਆਂ ਧੰਨਵਾਦ ਕਰਦੇ ਹਾਂ।
ਉੱਥੇ ਜੀਤ ਰਾਮ ਜੀ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੈਪਟਨ ਮਹਿੰਦਰ ਸਿੰਘ ਜੀ ਸਾਹਿਬ, ਪ੍ਰਦੁਮਨ ਸਿੰਘ ਜੀ ਮੈਂਬਰ ਪੰਚਾਇਤ, ਤੇ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਸਰਦਾਰ ਮੋਤਾ ਸਿੰਘ ਜੀ ਲੰਬੜਦਾਰ ਜੋ ਮੈਂਬਰ ਬਲਾਕ ਸਮਿਤੀ, ਬਹੁਤ ਬਹੁਤ ਧੰਨਵਾਦ। ਨਾਲ ਪ੍ਰੋਫੈਸਰ ਪ੍ਰਗਣ ਸਿੰਘ ਜੀ, ਗੁਰਮੁਖ ਸਿੰਘ ਜੀ ਪੰਚ, ਸਾਰੀਆਂ ਮਾਨਯੋਗ ਸ਼ਖਸੀਅਤਾਂ ਇਸ ਇਲਾਕੇ ਦੀਆਂ ਜਿਨ੍ਹਾਂ ਦੀ ਦੇਣ ਹੈ ਇਸ ਖੇਡ ਮੇਲੇ ਦੇ ਵਾਸਤੇ, ਇਸ ਕਬੱਡੀ ਕੱਪ ਦੇ ਵਾਸਤੇ, ਉਹਨਾਂ ਸਾਰਿਆਂ ਦਾ ਧੰਨਵਾਦ। ਪੰਜੋਖੜਾ ਸਾਹਿਬ ਵਾਲਾ ਪ੍ਰਦੀਪ, ਅੰਬਾਲੇ ਦੇ ਲਾਗੇ ਇਸ ਨੌਜਵਾਨ ਦਾ ਪਿੰਡ ਹੈ, ਇਹ ਹਰਿਆਣਾ ਸਟੇਟ ਦੇ ਵਿੱਚ ਪੈਂਦਾ। ਸੋ ਬਹੁਤ ਵਧੀਆ ਪੰਜੋਖੜਾ ਸਾਹਿਬ ਦਾ ਪ੍ਰਦੀਪ ਕਿ ਮੁਲਕ ਤਾਂ ਕੀ ਇਹ ਵੰਡਣਾ ਸੀ, ਪੰਜਾਬ ਹੀ ਵੰਡ ਹੋਇਆ, ਪੱਤੀ ਪੱਤੀ ਕਰਦਾ ਲਾਲ ਗੁਲਾਬ ਹੀ ਵੰਡ ਹੋਇਆ, ਗੁਜਰਾਂ ਵਾਲਾ ਪਿੰਡੀ ਸਾਂਦਲ ਬਾਰ ਪੰਜਾਬੀ ਸੀ, ਫਿਰ ਸ਼ਿਮਲਾ ਚੰਬਾ ਰੁੱਤਕ ਅਤੇ ਹਿਸਾਰ ਪੰਜਾਬੀ ਸੀ। ਲਓ ਇੱਧਰ ਗੱਲ ਖੇਡ ਕਬੱਡੀ ਦੀ, ਇਸ ਮੈਦਾਨ ਦੀ ਕਰੀਏ ਕਿ ਜੀਤਾ ਨੌਜਵਾਨ ਬੜੇ ਪਿੰਡੀ ਆ, ਰੇਡ ਪਾਉਣ ਦੇ ਵਾਸਤੇ ਬਹੁਤ ਵਧੀਆ ਅੰਦਾਜ਼ ਦੇ ਵਿੱਚ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਅੱਗੇ ਵੱਧ ਕੇ ਹਲਕਾ ਜਿਹਾ ਟੱਚ ਕਰਨ ਦੀ ਕੋਸ਼ਿਸ਼ ਕਰਦਾ ਹੈ। ਗੇਲੀ ਨੌਜਵਾਨ ਇਧਰ ਪਾਸੇ ਕੋਸ਼ਿਸ਼ ਕਰਦਾ ਤੇ ਪਿੰਡ ਜੀਤਾ ਬੜੇ ਪਿੰਡੀ ਆ, ਗੋਲਡੀ ਹਰੀਪੁਰੀਆ ਯਾਦਗਾਰੀ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਨੰਬਰ ਜੁੜਦਾ ਹੋਇਆ। ਸਾਡੇ ਸਤਪਾਲ ਖੜਿਆਲ ਜੀ ਅੰਤਰਰਾਸ਼ਟਰੀ ਕਮੈਂਟੇਟਰ, ਜੋ ਵਿਸ਼ਵ ਕਬੱਡੀ ਕੱਪ ਦੇ ਵਿੱਚ ਬਤੌਰ ਕਮੈਂਟੇਟਰ ਸੇਵਾਵਾਂ ਨਿਭਾਉਂਦੇ ਨੇ, ਟਵਾਲ ਉਹਨਾਂ ਦੇ ਨਾਲ ਬੜਾ ਪਿਆਰ। ਬਹੁਤ ਵਧੀਆ ਮੁਕਾਬਲਾ ਇਸ ਸਮੇਂ ਮੈਦਾਨ ਦੇ ਅੰਦਰ ਖੇਡਿਆ ਜਾ ਰਿਹਾ ਹੈ। ਕਰਮੇ ਭੜੀ ਵੀ ਪਈ ਹੋਈ ਕਬੱਡੀ ਦੇ ਉੱਪਰ ਦੇਖਦਾ ਵੀ ਲੱਗਦਾ ਹੋਇਆ। ਬਹੁਤ ਵਧੀਆ ਜੱਫਾ ਤੇ ਗੁਲਜ਼ਾਰ ਸਿੰਘ ਨੰਬਰ ਦਾ ਵਾਧਾ ਆਪਣੀ ਟੀਮ ਦੇ ਕਰਦਾ ਹੋਇਆ। ਲਾਡੀ ਅਟਵਾਲ ਕਨੇਡਾ ਵੱਲੋਂ ਜਾਫੀ ਦੇ ਵਾਸਤੇ 100 ਰੁਪਏ ਦਾ ਮਾਨ ਸਨਮਾਨ, ਫੜ ਵੀ ਦੇ ਪਾਸੇ ਨੌਜਵਾਨ ਕੋਚ ਸਾਹਿਬ ਲਾਡੀ ਅਟਵਾਲ ਕਨੇਡਾ ਵੱਲੋਂ 100 ਰੁਪਏ ਦਾ ਮਾਨ ਸਨਮਾਨ ਜੋ ਹੈ ਉਹ ਜਾਫੀ ਗੁਲਜ਼ਾਰ ਦੇ ਵਾਸਤੇ। ਸੋ ਧੰਨਵਾਦ ਹੈ ਸਾਡੇ ਸਤਿਕਾਰਯੋਗ ਵੀਰ ਲਾਡੀ ਜੀ, ਉਹਨਾਂ ਦਾ ਓਂਕਾਰ ਸਿੰਘ ਜੀ, ਉਹਨਾਂ ਦਾ ਕੈਨੇਡਾ ਦੇ ਵਿੱਚ ਵੱਡੇ ਬਿਜ਼ਨਸ ਨੇ। ਸਾਹਿਬ ਬੂਟਾ ਸਿੰਘ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਜਤਿੰਦਰ ਜੀ ਉਹਨਾਂ ਦਾ, ਔਰ ਨਾਲ ਸਾਡੇ ਸਤਪਾਲ ਜੀ UK ਤੋਂ, ਬਾਗੀ ਅਟਵਾਲ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਵੱਡਾ ਸਹਿਯੋਗ ਹੈ ਵੱਡੀ ਦੇਣ ਮਾਂ ਖੇਡ ਕਬੱਡੀ ਦੇ ਵਾਸਤੇ। ਲਓ ਜੁੜੀਏ ਖੇਡ ਕਬੱਡੀ ਦੇ ਨਾਲ। ਸਤਪਾਲ ਖੜਿਆਲ ਜੀ ਉਹਨਾਂ ਦਾ ਬਹੁਤ ਬਹੁਤ ਸਵਾਗਤ, ਅੰਤਰਰਾਸ਼ਟਰੀ ਪੱਧਰ ਦੇ ਕਮੈਂਟੇਟਰ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇਹਨੂੰ ਆਖਦੇ ਹਾਂ। ਨਾਲ ਸ਼ਰਾਫਤ ਅਲੀ ਜੀ ਜਿਹਨਾਂ ਨੇ ਮਾਈਕ ਦੇ ਉੱਪਰ ਬੜੇ ਅੱਛੇ ਬੋਲ ਬੋਲੇ, ਖੇਡ ਕਬੱਡੀ ਦੀ ਗੱਲ ਕੀਤੀ। ਲਓ ਕਿਰਲਾ ਵੱਡਾ ਤਜਰਬੇਕਾਰ ਖਿਡਾਰੀ ਹੈ, ਸਿਮਰਨ ਦੀ ਪਈ ਹੋਈ ਕਬੱਡੀ ਤੇ ਕਿਰਲਾ ਨੌਜਵਾਨ ਕੋਸ਼ਿਸ਼ ਕਰਦਾ ਡੱਕਣ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਹਿੱਸੇ ਨੰਬਰ ਮੈਦਾਨ ਦੇ ਵਿੱਚ ਜੁੜਦਾ ਹੋਇਆ ਕਿ ਨਹੀਂ ਪੈਂਦਾ ਮੁੱਲ ਕਾਰਤੂਸ ਚੱਲੇ ਦਾ, ਕਬੱਡੀ ਲੱਖ ਲੱਖ ਦੀ ਜੱਫਾ ਕੱਲੇ ਕੱਲੇ ਦਾ, ਕੱਲੇ ਕੱਲੇ ਦਾ ਜੱਫਾ। ਸਨਮੁਖ ਰਾਮੇਵਾਲ ਪਿੰਡ ਹੈ ਇਸ ਖਿਡਾਰੀ ਦਾ। ਸਕੂਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਉਧਰੇ ਪਾਸੇ ਕੋਠਿਆਂ ਦੇ ਉੱਪਰ ਚੜ ਕੇ ਇਹਨਾਂ ਆਪਣੇ ਵੀਰਾਂ ਦੇ ਮੈਚਾਂ ਨੂੰ ਤੱਕਦੀਆਂ ਹੋਈਆਂ ਕਿ 4 ਦਿਨ ਮੌਜਾਂ ਮਾਣ ਕੇ ਲੈ ਕੇ ਸੁੱਖਾਂ ਦੇ ਸਮੁੰਦਰਾਂ ਜਤਾਰੀ ਆਲੇ ਮਾਏ ਸਾਹਿਬ ਗੁੰਜੀਆਂ ਦੀਆਂ ਛੱਡ ਚੱਲੀਆਂ ਸਰਦਾਰੀ। ਲਓ ਕਿਸ਼ਨਪੁਰੀ ਆ ਬਹੁਤ ਵਧੀਆ ਨੌਜਵਾਨ ਇਸ ਸਮੇਂ ਪੈਂਟ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਹਿੱਸੇ ਮੈਦਾਨ ਦੇ ਵਿੱਚ ਨੰਬਰ ਦਾ ਵਾਧਾ ਕਰਦਾ ਹੋਇਆ। ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦੂਸਰੇ ਪਾਸੇ ਹਰੀਪੁਰੀਏ ਗੋਲਡੀ ਦੀ ਯਾਦ ਦੇ ਵਿੱਚ ਬਣੀ ਹੋਈ ਖੇਡ ਕਲੱਬ, ਨਿਊਜ਼ੀਲੈਂਡ ਦਾ ਵਸਨੀਕ ਹੈ ਸਾਹਿਬ ਗੁਰਦੇਵ ਸਿੰਘ ਢਾਲੀਵਾਲ ਦਾ ਬੇਟਾ ਦਿਲਾਵਰ ਹਰੀਪੁਰੀਆ, ਜਿਹਦੀ ਸਪੌਂਸਰ ਕੀਤੀ ਟੀਮ ਮੈਦਾਨ ਦੇ ਅੰਦਰ ਖੇਡਦੀ ਹੋਈ। ਲਓ ਪਹਿਲਾ ਮੁਕਾਬਲਾ ਬੜਾ ਰੌਚਕ ਤੇ ਅਗਲੇ ਮੈਚ ਦੇ ਵਾਸਤੇ ਵੀ ਟੀਮਾਂ ਬਹੁਤ ਜਲਦ ਗਰਾਊਂਡ ਦੇ ਲਾਗੇ ਪੁੱਜਣ। ਲਓ ਬੱਲੇ ਬੱਲੇ ਹੁੰਦੀ ਹੋਈ ਬਹੁਤ ਵਧੀਆ ਅੰਦਾਜ਼ ਦੇ ਵਿੱਚ ਲੱਗਦਾ ਹੋਇਆ ਜੱਫਾ ਰਾਜੇ ਦੀ ਪੈਂਦੀ ਹੋਈ ਕਬੱਡੀ ਤੇ ਪੁੱਠੀ ਪੈ ਗਈ ਆਪਣੇ ਦੰਦ ਚੀਨ ਦੀ, ਕੰਧ ਵਰਗੀ ਮਜ਼ਬੂਤੀ ਨਾ ਪੈ ਜੇ ਪੁੱਠੀ ਕੈਂਚੀ ਦੀ ਕੋਈ ਗੱਲ ਕਸੂਤੀ ਨਾ। ਰਾਜੇ ਵਾਸਤੇ ਲਾਡੀ ਅਟਵਾਲ ਵੱਲੋਂ 100 ਰੁਪਏ ਦਾ ਮਾਨ ਸਨਮਾਨ, ਹਰੀਪੁਰੀ ਦਿਲਾਵਰ ਵੱਲੋਂ 500 ਰੁਪਏ ਦਾ ਮਾਨ ਸਨਮਾਨ ਜੋ ਹੈ ਰਾਜੇ ਦੇ ਵਾਸਤੇ। ਸਾਡੇ ਕੋਚ ਸਾਹਿਬ ਇੰਦਰਜੀਤ ਸਿੰਘ ਤੁੰਨਾ, ਕਿ ਇੰਦਰਜੀਤ ਹੈ ਨਾਮ ਇਸ ਦਾ, ਕੌਡੀ ਵਿੱਚ ਕਹਿੰਦੇ ਤੁੰਨਾ ਨੇ, ਕੋਈ ਲੱਕੜਹਾਰਾ, ਕੋਈ ਗੈਸ, ਕੋਈ ਐਟਮ ਤੇ ਕੋਈ ਟਾਈਗਰ ਤੇ ਕੋਈ ਤੁੰਨਾ, ਕਬੱਡੀ ਦੇ ਵਿੱਚ ਮਸ਼ਹੂਰ ਹੋਇਆ ਕੋਈ ਅੜੇਕਾ ਸਿੰਘ। ਲਓ ਵਰਤਮਾਨ ਖੇਡ ਦੀ ਗੱਲ ਕਰੀਏ, ਬਹੁਤ ਵਧੀਆ ਪੁਆਇੰਟ ਹਰੀਪੁਰੀ ਗੋਲਡ ਦੀ ਯਾਦ ਵਿੱਚ ਬਣੀ ਖੇਡ ਕਲੱਬ ਦੇ ਹਿੱਸੇ ਨੰਬਰ ਜੁੜਦਾ ਹੋਇਆ। ਪੰਜੋਖੜੇ ਵੱਲ ਅਗਲੀ ਕਬੱਡੀ ਪਾਉਣ ਦੇ ਲਈ ਪ੍ਰਦੀਪ ਸਿੰਘ ਨੌਜਵਾਨ ਅੰਬਾਲੇ ਦੇ ਲਾਗੇ, ਇਸ ਨੌਜਵਾਨ ਦਾ ਪੰਜੋਖੜਾ ਪਿੰਡ ਹੈ, ਉਧਰ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਮਾਨਯੋਗ ਤੇ ਸਤਿਕਾਰਯੋਗ ਸਾਰੀਆਂ ਸ਼ਖਸੀਅਤਾਂ ਦਾ, ਸਾਡੇ ਗੋਪੀ ਪੰਚ ਜੀ ਗੁਰੂ ਕੇ ਲੰਗਰਾਂ ਦੇ ਵਾਸਤੇ ਜਿਹਨਾਂ ਦਾ ਵੱਡਾ ਸਹਿਯੋਗ ਹੈ, ਨਾਲ ਸਾਡੇ ਓਂਕਾਰ ਸਿੰਘ ਜੀ ਕੈਨੇਡਾ, ਬਾਗੀ ਅਟਵਾਲ ਜੀ ਤੇ ਕੰਤਾ ਜੀ ਸੰਧਵਾ ਪਿੰਡ ਵਾਲੇ UK ਦੇ ਵਸਨੀਕ ਨੇ, ਹਾਲੈਂਡ ਦੇ ਵਿੱਚ ਦਰਸ਼ਨ ਹੋਏ ਸਨ 2013 ਦੇ ਵਿੱਚ, ਅੱਜ ਫਰਾਲਾ ਪਿੰਡ ਦੇ ਵਿੱਚ ਦਰਸ਼ਨ ਹੋਏ ਨੇ, ਧੰਨਵਾਦ ਕਰਦੇ ਹਾਂ। ਸੋ ਸਾਰੇ ਵੀਰਾਂ ਦੀ ਦੇਣ ਮਾਂ ਖੇਡ ਕਬੱਡੀ ਦੇ ਲਈ GNG ਕਬੱਡੀ ਕਲੱਬ ਗ੍ਰੇਵਜ਼ਨ ਦਾ ਵੱਡਾ ਨਾਮ ਹੈ। ਪੰਡਿਤ ਹਰੀਪੁਰੀਏ ਦੇ ਵਾਸਤੇ 500 ਰੁਪਈਆ ਹਰੀਪੁਰੀਏ ਦਿਲਾਵਰ ਵੱਲੋਂ ਮਾਨ ਸਨਮਾਨ, ਦਿਲਾਵਰ ਬਹੁਤ ਵਧੀਆ ਆਪ ਕਬੱਡੀ ਦਾ ਖਿਡਾਰੀ, ਕੋਈ ਕੋਚਾਂ ਦੇ ਤੌਰ ਤੇ ਕੋਈ NRI ਬਣ ਗਿਆ ਖੇਡ ਕਬੱਡੀ ਖੇਡਦਾ ਖੇਡਦਾ, ਔਰ ਕੋਈ NRI ਬਣਨ ਤੋਂ ਬਾਅਦ ਵੀ ਕਬੱਡੀ ਨੂੰ ਸਹਿਯੋਗ ਦਿੰਦੇ ਨੇ। ਲਓ ਬੱਲੇ ਬੱਲੇ ਹੁੰਦੀ ਹੋਈ
जीता नौजवान बड़े पिंडी है। परोली वर्षे माछीवाड़ा दो टीम तैयार हो जाए ग्राउंड लाग जाए परोली के माछीवाड़े का मैच होगा जो दीपा सुंड यादगारी कबड्डी क्लब खेलती पंजाब के कप्पां दे विच फराले दे बिंदू की अगवाई होंगी दिलावर हरिपुरी है उस टीम का भी मेन स्पॉन्सर है साहब जुजार सिंह जी पुन्नू मुजारे वाले का बड़ा सहयोग होता है मैं सारे प्रमोटरों का जो दुनिया के वक् वक् देशों के वसे ने उन्होंने सारे का धन्यवाद करता है लाओ पॉइंट श्रोमणी गुरुद्वारा प्रबंधक कमेटी के हिस्से बहुत वधिया नंबर जुड़ता हुआ माछीवाड़ा ते भरोली जसवीर सिंह बिंदा भरोली वाला अंतरराष्ट्रीय पद्धर का कबड्डी खिलाड़ी मनजोत माछीवाड़ा मान कबड्डी के खिलाड़ियों के पिंड ने नैक्सट मैच जो है बाद रोज खेड़ा जाएगा टीम ग्राउंड के लागे जन ला भोलू की पैंती हुई कबड्डी बिलावल हरिपुरिया कबड्डी क्लब की टीम का खिलाड़ी ला होगी बल्ले बल्ले काका नौजवान कोशिश करता है बहुत बढ़िया जफा लाने की सो शानदार जफा लगने की पूरी कोशिश चलती हुई भोलू की पई हुई कबड्डी काका के सी बलविंदर फिडू घोड़ा लंबी पारी दा नाल ड्रमे खेडे काका कारी सारी दा लखां दी गल करदा खाली हथ गुरलाल कदे ना पिछे मुड़दा जी बाजे खाने जमया सीगा हरजीत बराड़ा दे खेडण योरा नाल कबड्डी कोसरदारां दे मालपुर दा एरिया कहिंदे फुटबालरां दा एरिया है जनरल सिंह पनामी वर्गे और खरड़ अच्छरवाल का जंबल गुरदेव गिल दुनिया का अर्जुना वाड़ी सौकर भी दुनिया का बादशाह लाओ इधर गल खेड़ कबड्डी दी सिमरा नौजवान श्रोमणी गुरुद्वारा प्रबंधक कमेटी के वास्ते नंबर जुड़ता हुआ साढ़े जसवंत सिंह जी खड़ग साहब उत्तम खेड़ कबड्डी की कवरेज करते हैं विशेष तौर पर लुधियाने तो पुजे ने इस कबड्डी कप की कवरेज के वास्ते विशेष धन्यवाद सारे मीडिया का कबड्डी 365.com वाले का सो चाहे इलेक्ट्रॉनिक चाहे प्रिंट मीडिया मीडिया की बड़ी देन है कबड्डी बहुत ही सदे वांझे तो सत्कारयोग साहब सुरेंद्र सिंह जी अटवाल साहब यूएसए कबड्डी क्लब के प्रधान भी ने 10,000 रुपए का बहुत बड़ा सहयोग भेज दो स्पोर्ट्स क्लब को सदे सत्कारयोग सुरेंद्र सिंह जी अटवाल साहब बहुत बहुत धन्यवाद बहुत वधिया मुकाबला खेडे जा रहा दो टीमों के दरम्यान हाफ समा होया श्रोमणी गुरुद्वारा प्रबंधक कमेटी फतेहगढ़ साहब के 12 नंबर ने गोल्डी क्लब हरिपुर के साढ़े 12 नंबर ने ताड़िया मार दो इस मैच के वास्ते 12 ते साढ़े 12 का अंकड़ा अधे नंबर दे नाल गोल्डी हरिपुरी है आदमपुर की टीम लीड करती हुई माछीवाड़ा ते भरोली टीम तैयार होकर ग्राउंड दे लगे जाए पवन डीजे साउंड संधवा बहुत बहुत धन्यवाद साढ़े साउंड वाले वीर का सो सारे का सहयोग है कबड्डी के वास्ते जीता बड़े पिंडी है मैदान के कबड्डी पाने के वास्ते अगे वाधा होया तलेते के बड़े पिंड के खेल प्रमोटर बड़े मशहूर ने कुलथम का जब कबड्डी कप 9 मार्च में होगा तो उत्थे फराले के बिंदू का 11,000 के मान सम्मान जो है उत्थों की स्पोर्ट्स क्लब वालों किया जाएगा इस नौजवान कबड्डी खिलाड़ी के कोच का कुलथम लैंबर सिंह कंगूणा का मान कबड्डी प्रमोटर का पिंड है उस याद जब बड़ा कबड्डी कप होगा तो बिंदू का 11,000 के मान सम्मान सहकार सिंह जी कनेडा तो अज कमल बोदलों के वास्ते पोलो वॉक्स वैगन वाले की गड्डी जो है उस सम्मान दे विशेष धन्यवाद है जिन्हों वालों दो मोटरसाइकिल भी स्पॉन्सर किए गए हैं बस सेट से जाफी के वास्ते विशेष धन्यवाद है इन्हों दानी सजना का लाडी जी उन्होंने बहुत बहुत धन्यवाद कनेडा ब्रिटिश कोलंबिया के वैनकूवर के जो वसनीक ने उन्होंने वालों वाशिंग मशीन है 70 किलो के मैचों के खिलाड़ी जो बेस्ट होंगे उन्होंने वास्ते मान सम्मान ने पहला प्राइज साहब बूटा सिंह जी यूके वाले के बेटे सतपाल सिंह जितेंद्रपाल सिंह उन्होंने वालों 51,000 रुपया दिता जाएगा और उसे बागी अटवाल जी साढ़े सत्कारयोग वीर ग्रेवजेंट कबड्डी क्लब यूके वाले वालों जो है 41,000 रुपया सैकंड प्राइज दिता जाएगा बहुत बहुत धन्यवाद है सारे सहयोगियों का अगले मैच वाली टीम बहुत जल्द तैयार होकर ग्राउंड नेक्स्ट मैच जो खेडा जाएगा भरोली ते माछीवाड़ा दी टीमां दे दरमियान है हाँ जल्दी आ जाए टीम यह मैच समाप्त होने वाला है जल्दी दोवें टीम ग्राउंड के लाग जाए ते नाल साढ़े सतपाल खड़ियाल जी अंतरराष्ट्रीय कमेंटेटर कभी विश्व कबड्डी कप्पां की गल करते कभी दुबई शारजा कप की कभी कनेडा के मैचों के बतौर कमेंटेटर बड़ा नाम लाओ इधर पासे पंजोखरे वाला नौजवान परदीप सिंह बहुत वधिया नंबर का इजाफा करता हुआ वादा करता हुआ श्रोमणी गुरुद्वारा प्रबंधक कमेटी टीम फतेहगढ़ साहब
अगली कबड्डी का फिर नजारा देख ले भोलू की पैंती है कबड्डी से कौन जफा लावेगा दो कदियों के उपर बहुत बेहतरीन जाफी केसरधारी नौजवान मना नौजवान कोटला पड़ी वाला कोशिश करता हुआ मरपा ट्रेडर का चल भी नौजवान करवा पड़ी वाला कलगिया वाले आनंदपुर छड़ दिता बाद किसे पासे घोड़ा किसे पासे बड़ा खून डोलिया कौमली थोड़ा किसे पासे थोड़ा किसे पासे चारे लाल वतना लई वार दिते जोड़ा किसे पासे जोड़ा किसे पासे माछी वाड़े कंडे ते आन सुतो कलगी किसे पासे तोड़ा किसे पासे श्री गुरु गोविंद सिंह महाराज जी दी बख्शी होई सिक्खी लव मैदान दे विच पुट्ठी पैंदी होई होगी बल्ले बल्ले गुलजार सिंह बहुत वधिया मार दिओ ताड़ियां इस नंबर दे वास्ते कि अपने दंद चीन दी कंध वर्गी मजबूती न जद पै जाए पुट्ठी कैंची दी कोई गल कसूती न गोपी पूनी जी उन्हां वल्लों जिहड़ा जाफी दफा लावेगा उहनूं 500 दित्ता जाएगा गुलजारी सुनण दे वास्ते 500 रुपया दिलावर हरिपुर न्यूजीलैंड तो मान सम्मान कर दिओ गुलजारी सुनण दे वास्ते इधर गोपी पूनी उन्हां वल्लों 500 दा मान सम्मान पर जीता नौजवान बड़े पिंडी है इशारा करदा होया कि नंबर मेरे हिस्से जुड़ गया नौजवान है चंचल सिंह जी सजावलपुर वाले साडे ऑफिशियल साहिबान इधर जुड़ार सिंह जी पुन्नू मजारा दे मानपुर वोटर दे पिंड दे मनजीत सिंह जी उन्हें बता रहे ऑफिशियल सारिआं दा अहम रोल है कबड्डी दे वास्ते लव श्रोमणी गुरुद्वारा प्रबंधक कमेटी वल्लों पैंदी होई कबड्डी सिमरे दी ते लगदा होया बहुत वधिया जफा मैदान दे विच वेखदे वी हुंदा होया कमाल वज गई कैंची हंदे दूर हुंदे होए समा बीता होया जान शिकंजे दरौण वाली गल बणदी होई सो आ नंबर वी ताड़ियां वाला होगा मार दिओ ताड़ियां इक वारी जोरदार है कि पॉइंट गोल्डी हरिपुरिया यादगारी कबड्डी क्लब आदमपुर की टीम के हिस्से बहुत वधिया नंबर जुड़ता हुआ माछीवाड़ा ते परोली आ जाओ दोवें टीमां ग्राउंड दे जल्दी तो जल्दी नैक्सट मैच खेडण दे वास्ते माछीवाड़ा ते परोली अगला मैच खेडण दे वास्ते दोवें टीमां जल्दी ग्राउंड दे विच आ जाण सारे कबड्डी दे प्रेमी इन्हां खेडां दे प्रेमी इस खेड मैदान दे नाल जुड़े हुए सब दा धन्नवाद है श्री गुरु हर राय साहिब जी स्पोर्ट्स क्लब फराला वल्लों सब दा विशेष तौर ते धन्नवाद ते सब दा वड्डा रोल वड्डा सहयोग लाओ वड्डी खेड कबड्डी मैदान दे विच पैंदी होई बहुत वधिया पॉइंट कोटला भड़ी पिंड वाला मन्ना सबराले दा एरिया है इस समय बहुत वधिया प्रदर्शन करदा होया इह नौजवान राजा औलख कोई एक बारे कोई दो बारे तू देश कौम तो सत बार के कहने पाड़ा मीठा लागे तेरा सरबत सदानिया भी देना कौन देगा तेरा ला बल्ले बल्ले कराउंदा होया नौजवान मन्ना औलख वाला बहुत वधिया पॉइंट दा वाधा है समूता सिंह जी लंबड़दार मैंबर ब्लाक समिति जीतराम जी सरपंच साहब कैप्टन महेंद्र सिंह प्रदुमन सिंह जी साडे मैंबर पंचायत नाल प्रोफेसर परगन सिंह जी गुरमुख सिंह जी मैंबर पंचायत सारिया शख्सियतां दा धन्नवाद गोपी पूनी जी उन्हां वल्लों मीता झंडेरा वल्लों श्रोमणी गुरुद्वारा प्रबंधक कमेटी की टीम जो है वह स्पॉन्सर की गई लाओ इधर पासे मैदान दे विच बहुत वधिया मन्ना कोशिश करदा साडा करन दी ਹੁੰਦਾ ਆ ਕਮਾਲ ਭੋਲੂ ਦੀ ਪਈ ਹੋਈ ਕਬੱਡੀ ਹੋ ਗਈ ਬੱਲੇ ਬੱਲੇ ਆ ਨੰਬਰ ਵੀ ਤਾੜੀਆਂ ਵਾਲਾ ਹੋ ਵੀ ਚੱਪਾ ਚੱਪਾ ਚਰਖਾ ਚੱਲਦਾ ਹੋਇਆ ਬਾਹਰ ਖੁੱਚ ਕਾ ਨਹੀਂ ਰੀਸਾ ਮਾਰ ਦਿਓ ਤਾੜੀਆਂ ਇੱਕ ਵਾਰੀ ਜ਼ੋਰਦਾਰ ਪੁਆਇੰਟ ਭੋਲੂ ਲਾਡੀ ਅਟਵਾਲ ਕੈਨੇਡਾ ਵੱਲੋਂ 100 ਰੁਪਏ ਭੋਲੂ ਦੇ ਵਾਸਤੇ ਔਰ ਹਰੀਪੁਰੀਆ ਦਿਲਾਵਰ ਨਿਊਜ਼ੀਲੈਂਡ ਤੋਂ 500 ਰੁਪਏ ਦਾ ਮਾਨਸ ਮਹਿੰਦਰ ਜੀ ਸਾਹਿਬ ਫੜ ਵੀ ਨੌਜਵਾਨ ਹੈ ਮਾਇਆ ਦੇ ਗੱਫੇ ਨਾਲ ਖਿਡਾਰੀਆਂ ਦੇ ਵਾਸਤੇ ਦਿਲਾਵਰ ਹਰੀਪੁਰ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਮਾਨ ਸਨਮਾਨ ਦਿੰਦੇ ਲਾ ਹੋ ਗਈ ਬੱਲੇ ਬੱਲੇ ਇਧਰੇ ਪਾਸੇ ਪਰਦੀਪ ਦੀ ਪਈ ਹੋਈ ਕਬੱਡੀ ਦੇ ਰਾਜਾ ਰਾਜਾ ਪਰ ਪਰਦੀਪ ਪੰਜੋਖ ਦੇ ਵਾਲ ਬਹੁਤ ਵਧੀਆ ਨੰਬਰ ਆਪਣੀ ਟੀਮ ਦੇ ਵਾਸਤੇ ਜੁੜਦਾ ਹੋਇਆ ਕੱਲ ਹਰਖੋਵਾਲ ਪਿੰਡ ਦੇ ਵਿੱਚ ਵੱਡਾ ਕਬੱਡੀ ਕੱਪ ਹੋਵੇਗਾ ਉਸ ਦੇ ਵਾਸਤੇ ਵੀ ਆਪ ਨੂੰ ਸੱਦੇ ਨੇ ਤੰਦਰ ਬਾਬਾ ਜਵਾਲਾ ਸਿੰਘ ਜੀ ਦੀ ਯਾਦ ਦੇ ਵਿੱਚ ਵੱਡਾ ਕਬੱਡੀ ਕੱਪ ਹਰਖੋਵਾਲ ਦੇ ਵਿੱਚ ਸਰਬਥਾੜਾ ਜੀ ਉਹਨਾਂ ਦਾ ਮਹਾਨ ਕਬੱਡੀ ਦੇ ਪ੍ਰਮੋਟਰ ਦਾ ਪਿੰਡ ਹੈ ਲਓ ਇਧਰ ਪਾਸੇ ਗੱਲ ਖੇਡ ਕਬੱਡੀ ਦੀ ਕਰੀਏ ਕਿ ਜੀਤਾ ਬੜੇ ਪਿੰਡੀਆ ਬੱਲੇ ਬੱਲੇ ਕਰਾਉਂਦਾ ਹੋਇਆ ਬਹੁਤ ਵਧੀਆ ਪੁਆਇੰਟ ਗੋਲਡੀ ਹਰੀਪੁਰ ਯਾਦਗਾਰੀ ਖੇਡ ਕਲੱਬ ਦੇ ਵਾਸਤੇ ਨੰਬਰ ਜੁੜਦਾ ਹੋਇਆ ਖੇਡ ਦਾ ਕੋਈ ਹਾਕੀ ਤੇ ਕੋਈ ਫੁੱਟਬਾਲ ਖੇਡਦਾ ਏ ਕੀਤੀਆਂ ਟੈਨਿਸ ਵਿੱਚ ਕਈਆਂ ਤਿਆਰੀਆਂ ਨੇ ਖਿਡਾਰੀ ਕ੍ਰਿਕਟ ਦੇ ਵਾਵਾ ਬੜੀ ਖੇਡਦੇ ਕਈਆਂ ਨਿਸ਼ਾਨੇਬਾਜ਼ੀ ਤੇ ਵਾਲੀਬਾਲ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ ਕੁਸ਼ਤੀ ਵਿੱਚ ਵੀ ਓਲੰਪਿਕ ਚੋਂ ਲੈਣ ਮੈਡਲ ਹੁਣ ਭਰੀਆਂ ਜੱਗ ਤੇ ਕਬੱਡੀ ਨੇ ਉਡਾਰੀਆਂ ਨੇ ਹਰ ਇੱਕ ਗੇਮ ਹੀ ਜਵਾਨੀਆਂ ਨਿਖੜਦੀ ਏ ਤਈਓ ਖੇਡਾ ਸੱਭੇ ਬਣ ਕੇ ਪਿਆਰੀਆਂ ਨੇ ਸਭ ਖੇਡਾ ਪਿਆਰੀਆਂ ਹੋ ਗਈ ਬੱਲੇ ਬੱਲੇ ਮੰਨਾ ਔਲਖ ਵਾਲਾ ਕਰਦਾ ਕਮਾਲ ਹੁਣ ਦੇਖ ਰਹੇ ਮੇਡਾ ਕਰਨ ਦੀ ਕੋਸ਼ਿਸ਼ ਤੇ ਪੁਆਇੰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਹਿੱਸੇ ਨੰਬਰ ਜੁੜਦਾ ਹੋਇਆ ਚੱਲ ਵੀ ਜੀਤਿਆ ਪਾ ਫਿਰ ਰੇਰ ਨੌਜਵਾਨ ਜੀਤਾ ਬੜੇ ਪਿੰਡੀਆ ਸਨੀ ਸੋਤਾ ਜੀ ਵੈਨਕੂਵਰ ਕਬੱਡੀ ਕਲੱਬ ਦੇ ਪ੍ਰਧਾਨ ਨੇ
ਬੜਾ ਪਿੰਡ ਦੇ ਉਹ ਜੰਪਲ ਨੇ ਪਾਲਾ ਸੋਤਾ ਜੀ ਉਹਨਾਂ ਦੀ ਦੇਣ ਮਾਖੇੜ ਕਬੱਡੀ ਦੇ ਵਾਸਤੇ ਗ੍ਰੇਵਜ਼ਨ ਕਬੱਡੀ ਕਲੱਬ ਦਾ ਬੜਾ ਨਾਮ ਹੈ ਸੋ ਧੰਨਵਾਦ ਮਹਾਨ ਪ੍ਰਮੋਟਰਾਂ ਦੇ ਪਿੰਡ ਦਾ ਆ ਨੌਜਵਾਨ ਬਹੁਤ ਵਧੀਆ ਪਿੰਡ ਦਾ ਵਾਧਾ ਕਰਦਾ ਹੋਇਆ ਜੀਤਾ ਆਪਣੀ ਟੀਮ ਦੇ ਵਾਸਤੇ ਸਿਮਰਾ ਰਾਏ ਵਾਲਾ ਕਬੱਡੀ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਗੋਲੀ ਫਰੀਦਪੁਰ ਯਾਦਗਾਰੀ ਕਬੱਡੀ ਕਲੱਬ ਦੇ ਚਾਰ ਖਿਡਾਰੀ ਨੇ ਕਿਰਲੇ ਉਹਨਾਂ ਦਾ ਸਹਿਯੋਗ ਇੰਦਰਜੀਤ ਤੁੰਨੇ ਵਰਗੇ ਕੋਚ ਇਸ ਟੀਮ ਦੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਮੈਦਾਨ ਦੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕਰਦੇ ਅਗਲਾ ਮੈਚ ਬਾਛੀਵਾੜਾ ਦੇ ਪਰੋੜੀਆਂ ਟੀਮਾਂ ਦੇ ਦਰਮਿਆਨ ਵੀ ਬਹੁਤ ਰਾਜ ਖੇਡਿਆ ਜਾਵੇਗਾ ਟੀਮਾਂ ਤਿਆਰ ਬਰ ਤਿਆਰ ਲਾਓ ਢੋਲੂ ਕਾਲੇ ਬੱਕਰੇ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਕਾਲਾ ਬੱਕਰਾ ਦੇ ਲਾਗੇ ਬਿਆਸ ਪਿੰਡ ਜਿੱਥੋਂ ਦਾ ਫੌਜਾ ਸਿੰਘ ਮੈਰਾਥਨ ਦੌੜਾਕ ਦੁਨੀਆਂ ਦੇ ਵਿੱਚ ਪੰਜਾਬੀਆਂ ਦੀ ਜਿਹਨੇ ਪਹਿਚਾਣ ਬਣਾਈ ਲਾ ਬੱਲੇ ਬੱਲੇ ਇਧਰੇ ਪਾਸੇ ਹੁੰਦੀ ਹੋਈ ਗੁਰਦਿੱਤਾ ਕਿਸ਼ਨਪੁਰੀ ਆ ਕੋਸ਼ਿਸ਼ ਕਰਦਾ ਹੋਇਆ ਵੱਖਰੇ ਜਿਹੇ ਅੰਦਾਜ਼ ਦੇ ਨਾਲ ਡੱਕ ਲੈਣ ਦੀ ਬਿਹਾਰੀਪੁਰੀ ਨਾਣੂ ਦੇ ਵਾਂਗ ਇੱਕ ਮਟੂਰ ਦੇ ਵਾਂਗ ਪਲਟਾ ਕੇ ਸੁੱਟਦਾ ਹੋਇਆ ਨੌਜਵਾਨ ਦੇ ਪੁਆਇੰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਹਿੱਸੇ ਨੰਬਰ ਦਲਵੇਸ਼ ਸਿੰਘ ਜੀ ਸਰਪ੍ਰਸਤੀ ਦੇ ਹੇਠ ਖੇਡਦੀ ਇਹ ਟੀਮ ਪੰਜਾਬ ਦੇ ਕੱਪਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਲਓ ਇਧਰਲੇ ਪਾਸੇ ਕਬੱਡੀ ਰਾਜਾ ਔਲਖ ਔਲਖਾਂ ਵਾਲਾ ਰਾਜਾ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਔਲਖ ਪਿੰਡ ਬੜਾ ਪ੍ਰਸਿੱਧ ਸੁਨਣਾ ਵਾਲਾ ਗੁਲਜ਼ਾਰੀ ਕੋਸ਼ਿਸ਼ ਕਰਦਾ ਇੱਕ ਬੂਨਕਾ ਦਾ ਬੜਾ ਮਸ਼ਹੂਰ ਖਿਡਾਰੀ ਪਰ ਜਾਫੀਆ ਦੇ ਤੌਰ ਤੇ ਖੇਡਦਾ ਸੁਨਣ ਪਿੰਡ ਦਾ ਆ ਨੌਜਵਾਨ ਗੁਲਜ਼ਾਰ ਸਿੰਘ ਗੁਲਜ਼ਾਰੀ ਬਹੁਤ ਵਧੀਆ ਹਰੀਪੁਰ ਦੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੋਇਆ ਸਨਮੁਖ ਸਿੰਘ ਅਗਲੀ ਕਬੱਡੀ ਪਾਉਂਦਾ ਹੋਇਆ ਰਾਮੇ ਵਾਲੀਆ ਸਨਮੁਖ ਸਿੰਘ ਬੱਲੇ ਬੱਲੇ ਕਰਾਉਂਦਾ ਮੈਦਾਨ ਦੇ ਵਿੱਚ ਹਾਂਦਿਆਂ ਦੇ ਲਾਗੇ ਚੱਲਦਾ ਮੁਕਾਬਲਾ ਤੇ ਸਨਮੁਖ ਬਹੁਤ ਵਧੀਆ ਨੰਬਰ ਦਾ ਫਿਰ ਦੇਖਦੇ ਨੇ ਵਾਧਾ ਕਰਦਾ ਹੋਇਆ ਚੱਲ ਵੀ ਪਜੋਖਰੇ ਵਾਲਿਆ ਪ੍ਰਦੀਪ ਸਿੰਘ ਕਬੱਡੀ ਪਾਉਂਦਾ ਹੋਇਆ ਅੰਬਾਲੇ ਦੇ ਏਰੀਏ ਦਾ ਖਿਡਾਰੀ 365 ਵਾਲਿਆਂ ਦੇ ਕੈਮਰੇ ਵੀ ਫੋਕਸ ਨੇ ਉਹਦੇ ਸਾਡੇ ਸਰਕਾਰੀ ਵੀਰ ਓਂਕਾਰ ਸਿੰਘ ਜੀ ਵੱਡਾ ਮਾਨ ਸਨਮਾਨ ਇਸ ਖੇਡ ਮੇਲੇ ਦੇ ਵਾਸਤੇ ਬਾਗੀ ਅਟਵਾਲ ਜੀ ਉਹਨਾਂ ਦਾ ਵੱਡਾ ਸਹਿਯੋਗ ਔਰ ਗੋਪੀ ਪੂਨੀ ਜੀ ਉਹਨਾਂ ਦਾ ਸਾਰੀਆਂ ਸ਼ਖਸੀਅਤਾਂ ਦਾ ਵੱਡਾ ਸਹਿਯੋਗ ਹੈ ਸਾਹਿਬ ਬੂਟਾ ਸਿੰਘ ਦੇ ਬੇਟੇ ਜਤਿੰਦਰਪਾਲ ਜੀ ਉਹਨਾਂ ਦਾ ਸਤਪਾਲ ਜੀ ਉਹਨਾਂ ਦਾ ਵੱਡਾ ਸਹਿਯੋਗ ਹੈ ਯੂਕੇ ਤੋਂ ਤੇ ਲਾਡੀ ਜੀ ਸਾਡੇ ਸਤਿਕਾਰਯੋਗ ਵੀਰ ਕੈਨੇਡਾ ਦੇ ਵੈਨਕੂਵਰ ਤੋਂ ਵੱਡੇ ਸਹਿਯੋਗ ਨੇ ਸਾਰੇ NRI ਦਾ ਕਿ ਪ੍ਰਦੇਸ਼ ਤੋਂ ਆਉਂਦੇ ਪ੍ਰਵਾਸੀ ਵੀਰੇ ਮਾਖੇੜ ਨਾਲ ਇਸ਼ਕ ਕਮਾਉਣ ਦੇ ਲਈ ਜਿਹੜੇ ਨਹੀਂ ਆਉਂਦੇ ਉਹ ਪੈਸੇ ਭੇਜਦੇ ਕਬੱਡੀ ਦਾ ਕਰਜ਼ ਚੁਕਾਉਣ ਦੇ ਲਈ ਪੈ ਥਾਂ ਤੇ ਆਉਂਦੇ ਖੇਡ ਮੇਲੇ ਬਣ ਗਈ ਡਾਲਰਾਂ ਤੇ ਪੌਂਡਾਂ ਦੀ ਕਹਾਣੀ ਜੀ ਜ਼ਿੰਦਾ ਰੱਖ ਲਈ ਕਬੱਡੀ ਤੁਸੀਂ ਪ੍ਰਵਾਸੀਓ ਨਹੀਂ ਤਾਂ ਜਿਹਨੂੰ ਖਤਮ ਹੋ ਜਾਣੀ ਸੀ ਪੰਡਿਤ ਫੱਬੀਆਂ ਵਾਲਾ ਕਬੱਡੀ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਬੱਲੇ ਬੱਲੇ ਮੰਨਾ ਕੋਟਲੇ ਭਾੜੀ ਵਾਲਾ ਡੱਕ ਲੈਣ ਦੀ ਕੋਸ਼ਿਸ਼ ਕਰਦਾ ਫਿਰ ਪੰਡਿਤ ਫੱਬੀਆਂ ਵਾਲਾ ਬਹੁਤ ਵਧੀਆ ਨੰਬਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕਰਦਾ ਹੋਇਆ ਸੁੰਦਰ ਜੰਤ ਫਰਾਲਾ 65 ਕਿਲੋ ਦੀ ਟੀਮ ਵੀ ਗਰਾਊਂਡ ਦੇ ਲਾਗੇ ਪੁੱਜਾ ਵੀ ਉਹਨਾਂ ਦਾ ਵੀ ਮੈਚ ਹੋਵੇਗਾ ਸੋ ਫਰਾਲੇ ਦੀ ਟੀਮ ਲਓ ਬੱਲੇ ਬੱਲੇ ਹੁੰਦੀ ਹੈ ਮੈਦਾਨ ਦੇ ਵਿੱਚ ਨਹੀਂ ਸਰ ਓਖੜ ਦੇ ਪੈਰ ਤੇ 65 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਹਿੱਸੇ ਨੰਬਰ ਜੁੜਦਾ ਹੋਇਆ ਚੱਲ ਵੀ ਜਿੱਤਿਆ ਇੰਜ ਲੱਗਦਾ ਜਿਵੇਂ ਗੱਗੀ ਖੀਰਾਂ ਵਾਲ ਦਾ ਕਬੱਡੀ ਪਾਉਂਦਾ ਹੋਵੇ ਇੰਜ ਲੱਗਦਾ ਜਿਵੇਂ ਲੋਦੜ ਸੰਦੀਪ ਰੇਡ ਪਾਉਂਦਾ ਹੋਵੇ ਜਿਵੇਂ ਕਹਿੰਦੇ ਵੀ ਬਚਨ ਸਿੰਘ ਸੇੜੀ ਵਾਲੇ ਦਾ ਬੇਟਾ ਬਲਵਿੰਦਰ ਭੀਮ ਕਬੱਡੀ ਪਾਉਂਦਾ ਹੋਇਆ ਭਰਮਾ ਜਿਹਾ ਜੋਸ਼ਾ ਚ ਖਿਡਾਰੀ ਦਾ ਆਓ ਬਹੁਤ ਵਧੀਆ ਬੜੇ ਪਿੰਡੀ ਹੈ ਇਜ਼ਾਫਾ ਕਰਦਾ ਹੋਇਆ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਦਾ ਸਿਮਰਾ ਰਾਏ ਅਗਲੀ ਕਬੱਡੀ ਸਮਰਾਲੇ ਦੇ ਏਰੀਏ ਦਾ ਖਿਡਾਰੀ ਮੈਦਾਨ ਦੇ ਵਿੱਚ ਲੱਖ ਲੱਖ ਦੀ ਕਬੱਡੀ ਕੱਲੇ ਕੱਲੇ ਦਾ ਜੱਫਾ ਹੈ ਇਸ ਮੈਦਾਨ ਦੇ ਅੰਦਰ ਅੱਗੇ ਵੱਧ ਕੇ ਨੌਜਵਾਨ ਸ਼੍ਰੋਮਣੀ ਕਮੇਟੀ ਦੀ ਟੀਮ ਦਾ ਖਿਡਾਰੀ ਕਰਾਉਂਦਾ ਹੋਇਆ ਬੱਲੇ ਬੱਲੇ ਦੇਖਦੇ ਵੀ ਖੁੱਚ ਕੱਢਣੀ ਤੇ ਬੜੀ ਔਖੀ ਲਾਉਣੀ ਕਬੱਡੀ ਵੀ ਢਾਕ ਮਿੱਤਰੋ ਕਿ ਫੜ ਲੈਂਦਾ ਜਦੋਂ ਪੱਟ ਘੋੜੀਆ ਫੇਰ ਜਾਣ ਨਾ ਦਿੰਦਾ ਵੰਗ ਚੀਤੇ ਦੇ ਭਾਈ ਦਾ ਪਿੰਡ ਬਿਹਾਰੀਪੁਰ ਦਾ ਕਹਿੰਦਾ ਲਾਓ ਘੋੜੀਏ ਦੇ ਗੇਲੇ ਵੰਗ ਲਾਡੀ ਅਟਵਾਲ ਵੱਲੋਂ 100 ਰੁਪਏ ਦਾ ਮਾਨ ਸਨਮਾਨ ਇਸ ਨੰਬਰ ਦੇ ਵਾਸਤੇ ਹੋਵੇਗਾ ਗੁਲਜ਼ਾਰੀ